ਅੱਜ ਪੰਜਾਬ ਲਲਿਤ ਕਲਾ ਅਕੈਡਮੀ ਦੇ ਸਟੂਡੀਓਜ਼ ਵਿੱਚ ਅਸੀਂ ਗੱਲਬਾਤ ਕਰਾਂਗੇ ਗੁਰਪ੍ਰੀਤ ਸਿੰਘ ਜੀ ਦੇ ਨਾਲ ਜੋ ਕਿ ਪੇਂਟਿੰਗਸ ਕਰਦੇ ਨੇ ਅਤੇ ਡਰਾਇੰਗਸ ਬਣਾਉਂਦੇ ਨੇ ਗੁਰਪ੍ਰੀਤ ਜੀ ਆਇਆਂ ਨੂੰ ਥੈਂਕ ਯੂ ਤੁਸੀਂ ਕਿਹੜੇ ਪਿੰਡ ਤੋਂ ਉਹ ਬਿਲੋਂਗ ਕਰਦੇ ਹੋ ਪੰਜਾਬ ਵਿੱਚ ਮੈਂ ਮੇਰਾ ਨਾ ਖੰਨੇ ਦੇ ਕੋਲ ਛੋਟਾ ਜਿਹਾ ਪਿੰਡ ਪਟੀਆਂ ਇੱਕ ਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚੋਂ ਮੈਂ ਉੜਲੀ ਸਿੱਖਿਆ ਪ੍ਰਾਪਤ ਕੀਤੀ ਆ ਸੀ ਤੇ ਜਦੋਂ ਮੈਂ ਛੋਟਾ ਮੇਰੇ ਛੋਟੇ ਹੁੰਦੇ ਮਣਕੀ ਜੋ ਦੂਸਰੇ ਕਰਦੇ ਨੇ ਮੈਂ ਉਸ ਤਰੀਕੇ ਦੇ ਕੰਮ ਨਹੀਂ ਕਰਦਾ ਸੀ ਮੈਂ ਬਿਲਕੁਲ ਹਟ ਕੇ ਕੰਮ ਕਰਦਾ ਸੀ ਹਟ ਕੇ ਕਿਸ ਤਰ੍ਹਾਂ ਕੀ ਮੈਂ ਸੋਚਣਾ ਕਿ ਮੈਂ ਕੀ ਇਹ ਚੀਜ਼ ਹੈ ਕਿਸ ਤਰ੍ਹਾਂ ਅਗਰ ਕੋਈ ਮੈਂ ਕਿਸੇ ਪੰਛੀ ਨੂੰ ਮਿੱਟੀ ਦਾ ਘੜਾ ਬਣਾਏ ਦੇਖਣਾ ਤਾਂ ਮੈਨੂੰ ਲੱਗਦਾ ਸੀ ਕਿ ਇਹ ਬਣਾ ਕਿਸ ਤਰ੍ਹਾਂ ਰਿਹਾ ਇੱਕ ਵਾਰ ਦੀ ਗੱਲ ਹੈ ਕਿ ਜਦੋਂ ਮੈਂ ਆਈ ਥਿੰਕ ਪੰਜਵੀਂ ਕਲਾਸ ਦੇ ਵਿੱਚ ਹੋਊਗਾ ਤਾਂ ਸਾਡੇ ਪਿੰਡ ਦੇ ਇੱਕ ਮਸੀਤ ਸੀਗੀ ਪਾਣੀ ਦੇ ਗੱਬੇ ਤੇ ਮੈਂ ਇੱਕ ਚਿੜੀ ਨੂੰ ਮਿੱਟੀ ਦਾ ਘੜਾ ਬਣਾਉਂਦੇ ਦੇਖਿਆ ਤਾਂ ਮੇਰੇ ਮਨ 'ਚ ਇੱਕ ਸਵਾਲ ਉੱਠਿਆ ਕਿ ਇਹ ਘਰ ਜਿਹੜਾ ਮਿੱਟੀ ਦਾ ਬਣਾਇਆ ਹੋਇਆ ਹੈ ਜਿਹੜੀ ਸਰਫੇਸ ਪਲੇਨ ਆ ਤੇ ਉਹ ਗਿਰ ਕਿਉਂ ਨਹੀਂ ਰਿਹਾ ਉਹਦੇ ਪਿੱਛੇ ਰੀਜ਼ਨ ਕੀ ਨੇ ਗਿਰ ਉਹ ਗਿਰ ਨਹੀਂ ਰਿਹਾ ਤਾਂ ਮੈਂ ਮੇਰੇ ਮਨ 'ਚ ਬਹੁਤ ਜ਼ਿਆਦਾ ਮੈਂ ਸੋਚ ਰਿਹਾ ਸੀ ਕਿ ਕਿ ਇੱਕ ਸਰਫੇਸ ਪਲੇਨ ਆ ਜਿਹਦੇ ਵਿੱਚ ਕੀ ਇੱਕ ਛिडी ਘਰ ਬਣਾ ਰਹੀ ਹੈ ਤੇ ਮੈਂ ਉਹਦੀ ਜਿੱਥੋਂ ਮਿੱਟੀ ਚੱਕਦੀ ਸੀ ਉਹਨੂੰ ਚੱਕ ਕੇ ਆਪਣੇ ਜਦੋਂ ਘਰੇ ਲਗਾ ਕੇ ਜਾ ਕੇ ਦੇਖਿਆ ਤਾਂ ਮੇਰਾ ਜਿਹੜੀ ਮਿੱਟੀ ਗਿਰ ਜਿਆ ਕਰੇ ਤਾਂ ਮੇਰੇ ਮਨ 'ਚ ਕੁਐਸਚਨ ਸੀਗਾ ਕਿ ਮੇਰੀ ਮਿੱਟੀ ਕਿਉਂ ਗਿਰਦੀ ਆ ਉਦੀ ਕਿਉਂ ਖੜੀ ਆ ਉੱਥੇ ਤਾਂ ਫਿਰ ਮੇਰੇ ਕੁਐਸਚਨ ਜਿਹੜਾ ਸੀਗਾ ਮੈਨੂੰ ਆਨਸਰ ਨਹੀਂ ਮਿਲਿਆ ਤਾਂ ਮੈਂ ਜਦੋਂ ਘਰ ਤੋੜ ਕੇ ਦੇਖਿਆ ਉਹਦਾ ਜਿੜੀ ਦਾ ਤਾਂ ਉਹਦੇ ਵਿੱਚ ਆਰਮੇਚਰ ਸੀਗਾ ਮਤਲਬ ਉੱਥੇ ਮੈਨੂੰ ਇੱਕ ਮੈਨੂੰ ਜਿਆਦਾ ਇਨਸਪਾਇਰ ਲੋਕਾਂ ਨੇ ਨਹੀਂ ਕੀਤਾ ਮੈਨੂੰ ਜਿਆਦਾ ਇਨਸਪਾਇਰ ਆਲਦ ਵਾਲੇ ਨਹੀਂ ਕੀਤਾ ਤਾਂ ਇੱਕ ਪੰਛੀਆਂ ਨੂੰ ਜਦੋਂ ਘਰ ਬਣਾ ਰਹੇ ਹਾਂ ਇੱਕ ਪੰਛੀ ਤਾਂ ਉਹਦੇ ਵਿੱਚ ਆਰਮੇਚਰ ਪਾਉਂਦਾ ਤਾਂ ਕਰਕੇ ਮੈਨੂੰ ਮੈਨੂੰ ਖੁਦ ਮੈਂ ਐਕਸਪੈਰੀਮੈਂਟ ਕਰਕੇ ਜੋ ਕਿ ਮੇਰੇ ਹੁਣ ਤੱਕ ਚੱਲੇ ਆ ਰਹੇ ਨੇ ਜੋ ਮੈਂ ਕਰ ਰਿਹਾ ਹਾਂ ਇਸ ਟਾਈਮ ਮਿੱਟੀ ਦੇ ਨਾਲ ਉਹ ਕਾਫੀ ਟਾਈਮ ਤੋਂ ਮੇਰਾ ਪ੍ਰੋਸੈਸ ਛੋਟੇ ਹੁੰਦੇ ਚੱਲੇ ਆ ਰਿਹਾ ਸੀਗਾ ਤੇ ਫਿਰ ਮੈਂ ਜਦੋਂ ਅ ਪ੍ਰਾਇਮਰੀ ਸਕੂਲ ਦੇ ਵਿੱਚੋਂ ਫਿਰ ਮੈਂ ਸਾਡੇ ਖੰਨੇ ਦੇ ਕੋਲ ਇੱਕ ਐਸ ਸੀਨੀਅਰ ਸੈਕੰਡਰੀ ਸਕੂਲ ਆ ਉੱਥੋਂ ਮੈਂ ਪਲੱਸ 2 ਕਰਕੇ ਨਿਕਲਿਆ ਤਾਂ ਮੇਰੇ ਇੱਕ ਟੀਚਰ ਨੇ ਪੀਪ ਸੇਨ ਸਰ ਨੇ ਸਾਡੇ ਇੱਕ ਤਾਂ ਉਹਨਾਂ ਨੇ ਮੈਨੂੰ ਕਿਹਾ ਗੁਰਪ੍ਰੀਤ ਅਗਰ ਤੂੰ ਡਰਾਇੰਗ ਛੱਡਤੀ ਤਾਂ ਤੂੰ ਕੁਝ ਵੀ ਨਹੀਂ ਹੈਗਾ ਤਾਂ ਉਹਦੀ ਮੈਨੂੰ ਉਹ ਗੱਲ ਇੰਨੀ ਇਨਸਪਾਇਰ ਕਰ ਗਈ ਕਿ ਮੈਂ ਕਿਉਂ ਨਹੀਂ ਮੇਰੇ ਟੀਚਰ ਨੇ ਮੈਨੂੰ ਗੱਲ ਕਹੀ ਹੈ ਕਿ ਤੂੰ ਅਗਰ ਡਰਾਇੰਗ ਛੱਡਤੀ ਤਾਂ ਤੂੰ ਕੁਝ ਵੀ ਨਹੀਂ ਹੈਗਾ ਤਾਂ ਮੇਰੀ ਮਨ 'ਚ ਮੇਰੀ ਗੱਲ ਚੱਲਦੀ ਰਹਿੰਦੀ ਸੀ ਕਿ ਮੇਰੇ ਟੀਚਰ ਨੇ ਮੈਨੂੰ ਗੱਲ ਕਿਉਂ ਕਹੀ ਆ ਇਹ ਤਾਂ ਮੈਂ ਕੀ ਕਰਿਆ ਕਿ ਮੈਂ ਬਿਲਕੁਲ ਮੇਰਾ ਪੜਾਈ ਵੱਲ ਬਿਲਕੁਲ ਧਿਆਨ ਨਹੀਂ ਸੀ ਬਹੁਤ ਰਿਲੈਕਸੀ ਪੜ੍ਹਨ ਵਾਸਤੇ ਤੇ ਜਦੋਂ ਮੈਂ ਇੱਕ ਮੋਟਰ ਦੀ ਠੀਕ ਕਰਨ ਵਾਲੀ ਗੱਡੀ ਤੇ ਜਾ ਕੇ ਲੱਗ ਗਿਆ ਠੀਕ ਤਾਂ ਮੈਂ ਦੋ ਦਿਨ ਉੱਥੇ ਕੰਮ ਕਰਨ ਵਾਸਤੇ ਗਿਆ ਤਾਂ ਮੇਰਾ ਫੇਸ ਕਾਲਾ ਹੋ ਜਾਇਆ ਕਰੇ ਤਾਂ ਮੈਂ ਸੋਚਿਆ ਕਿ ਸਾਰੀ ਜ਼ਿੰਦਗੀ ਇਹ ਹੀ ਕੰਮ ਕਰੂੰਗਾ ਵੀ ਨਹੀਂ ਤੂੰ ਇਹ ਚੀਜ਼ ਵਾਸਤੇ ਨਹੀਂ ਬਣਿਆ ਤੇਰੀ ਬੜੀ ਮੰਜ਼ਿਲ ਕੁਝ ਹੋਰ ਆ ਤਾਂ ਫਿਰ ਜਦੋਂ ਮੇਰੇ ਟੀਚਰ ਨੇ ਮੈਨੂੰ ਗੱਲ ਕੀ ਕੀ ਨਾਬੇ ਕਾਰਡਨ ਗ੍ਰਾਫਟ ਹੁੰਦਾ ਆ ਦੋ ਸਾਲ ਦਾ ਡਿਪਲੋਮਾ ਹੁੰਦਾ ਨਾਬੇ ਤੇ ਜਦੋਂ ਮੈਂ ਦੋ ਸਾਲ ਦਾ ਡਿਪਲੋਮਾ ਕਰਨ ਗਿਆ ਤਾਂ ਮੇਰੇ ਮਨ ਚ ਫੇਰ ਕੁਐਸਚਨ ਉਹੀ ਕ੍ਰੀਏਟ ਹੋਈ ਜਾਣ ਕਿ ਇਹ ਜਿਹੜਾ ਡਿਪਲੋਮਾ ਕਰਕੇ ਮੈਂ ਆਰਟਿਸਟ ਨਹੀਂ ਬਣ ਸਕਦਾ ਇੱਕ ਇੱਕ ਡਿਪਲੋਮਾ ਮੈਨੂੰ ਆਰਟਿਸਟ ਨਹੀਂ ਬਣਾ ਸਕਦਾ ਉਹਦੇ ਪਿੱਛੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਹੋਰ ਕੁਝ ਕਰਨਾ ਚਾਹੀਦਾ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਆਰਟ ਕਾਲਜ ਕਿੱਥੇ ਆ ਮੈਨੂੰ ਨਹੀਂ ਪਤਾ ਸੀ ਕਿ ਚੰਡੀਗੜ੍ਹ ਕਿਹੜਾ ਸ਼ਹਿਰ ਆ ਬਿਰਕੀ ਉਥੇ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਬਣਿਆ ਹੋਇਆ ਕਿ ਉੱਥੇ ਲੋਕ ਵਿਗੜਦੇ ਨੇ ਸਾਡੇ ਕਿڑی ইমেজ ਬਣੀ ਹੋਈ ਹੈ ਚੰਡੀਗੜ੍ਹ ਦੀ ਅੱਜ ਵੀ ਬਣੀ ਹੋਈ ਆ ਕਿ ਉੱਥੇ ਲੋਕ ਜਾ ਕੇ ਵਿਗੜ ਜਾਂਦੇ ਨੇ ਇਸ ਤਰੀਕੇ ਦਾ ਫਿਰ ਮੈਂ ਜਦੋਂ ਨਾ ਮਹਿੰਦਰਾ ਕਾਲਜ ਪਟਿਆਲੇ ਮੈਂ ਬੀਏ ਕਰਨ ਲੱਗ ਗਿਆ ਮੈਂ ਬੀਏ ਦੇ ਵਿੱਚ ਐਕਸਪੈਕਟ ਰੱਖ ਲਿਆ ਫਾਈਨ ਆਰਟ ਤਾਂ ਫਿਰ ਕੁਥਵੇਂ ਨੂੰ ਟੀਚਰ ਮਿਲੇ ਮੈਨੂੰ ਹਰ ਇੱਕ ਜਗ੍ਹਾ ਤੇ ਇਹੋ ਜਿਹੇ ਲੋਕ ਮਿਲੇ ਜਿਨ੍ਹਾਂ ਨੇ ਮੈਨੂੰ ਇਨਸਪਾਇਰ ਕੀਤਾ ਚੰਡੀਗੜ੍ਹ ਦੇ ਵਿੱਚ ਵੀ ਮੇਰੇ ਸਕੂਲ ਵਿੱਚ ਵੀ ਕਿਉਂਕਿ ਮੈਂ ਬਹੁਤ ਜ਼ਿਆਦਾ ਉਹਨਾਂ ਕਿਉਂਕਿ ਟੀਚਰ ਨੂੰ ਪਤਾ ਹੁੰਦਾ ਕਿ ਬੱਚਾ ਕਿਸ ਤਰੀਕੇ ਦਾ ਵਾ ਇੱਕ ਟੀਚਰ ਨੂੰ ਪਤਾ ਹੁੰਦਾ ਕਿ ਇਹ ਬੱਚਾ ਕਿਤੇ ਤੱਕ ਪਹੁੰਚ ਸਕਦਾ ਉਹ ਸਾਨੂੰ ਗਾਈਡ ਕਰ ਦਿੰਦੇ ਨੇ ਅਗਰ ਅਸੀਂ ਅਸੀਂ ਉਹਨਾਂ ਦੇ ਵਿੱਚ ਸਾਨੂੰ ਕੋਈ ਉਹਨਾਂ ਨੂੰ ਲੱਗਦਾ ਕਿ ਹਾਂ ਬੱਚੇ 'ਚ ਕੋਈ ਗੁਣ ਹੈਗਾ ਤਾਂ ਜਦੋਂ ਮਮੇਂਦਰਾ ਕਾਲਜ 'ਚ ਗਿਆ ਤਾਂ ਉੱਥੇ ਇੱਕ ਟੀਚਰ ਸੀ ਜਸਪ੍ਰੀਤ ਕੌਰ ਢਿੱਲੋਂ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਬੱਚੇ ਤੁਹਾਡੇ ਬੀਏ ਚ ਕਿੰਨੇ ਨੰਬਰ ਨੇ ਮੈਂ ਕਿਹਾ ਮੈਮ ਜੀ ਮੇਰੇ 52 ਕਹਿੰਦੇ 52 ਨਾਲ ਤੂੰ ਜ਼ਿੰਦਗੀ ਬਣਾ ਲੇਗਾ ਆਪਣੀ ਮੈਨੂੰ ਸਮਝ ਨਹੀਂ ਤੇ ਮੈਨੂੰ ਨਹੀਂ ਕੋਈ ਪਤਾ ਲੱਗਦਾ ਮੈਂ ਕੀ ਕਰਾਂ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਬਟ ਮੈਨੂੰ ਪਤਾ ਕਿ ਮੇਰੇ ਅੰਦਰ ਇੱਕ ਕਾਬਲੀਅਤ ਆ ਜਿਹੇ ਵੀ ਮੈਂ ਹੀ ਜਾਣਦਾ ਤਾਂ ਮੈਨੂੰ ਉਹਨਾਂ ਨੇ ਸਾਨੂੰ ਦੋ ਬੱਚਿਆਂ ਨੂੰ ਉਹਨੇ 1500 ਰੁਪਏ ਦਿੱਤਾ ਕਿ ਬੱਚੇ ਇੱਕ ਚੰਡੀਗੜ੍ਹ ਚ ਆਰਟ ਕਾਲਜ ਆ ਤੁਸੀਂ ਉੱਥੇ ਵਿਜ਼ਿਟ ਕਰਕੇ ਆਓ ਉਹ ਮੇਰੇ ਲਈ ਸਭ ਤੋਂ ਵੱਡਾ ਮੇਰੇ ਲਈ ਸਰਪ੍ਰਾਈਜ਼ ਸੀਗਾ ਕਿ ਮੈਨੂੰ ਪਤਾ ਨਹੀਂ ਸੀ ਕਿ ਚੰਡੀਗੜ੍ਹ ਦੇ ਵਿੱਚ ਵੀ ਕੋਈ ਆਰਟ ਕਾਲਜ ਆ ਤੇ ਜਦੋਂ ਮੈਂ 2000 ਦੱਸਦੀ ਗੱਲ ਆ ਮੈਂ ਜਦੋਂ ਚੰਡੀਗੜ੍ਹ ਆਰਟ ਕਾਲਜ ਦੇ ਵਿੱਚ ਆਇਆ ਤਮੇ ਲ ਦੇਖਿਆ ਵੀ ਇੱਥੇ ਤਾਂ ਆਸ-ਪਾਸ ਸਾਰੇ ਆਟਾ ਵੀ ਇੱਥੇ ਤਾਂ ਸਕਲਪਚਰ ਵੀ ਕਰਦੇ ਨੇ ਇੱਥੇ ਤਾਂ ਡਰਾਇੰਗ ਵੀ ਕਰਦੇ ਨੇ ਜੋ ਮੈਂ ਸੋਚਦਾ ਹੁੰਦਾ ਸੀਗਾ ਕਿ ਮੈਂ ਕਰੂੰਗਾ ਇਸ ਤਰੀਕੇ ਦੇ ਕੰਮ ਤਾਂ ਫਿਰ ਮੈਨੂੰ ਰਾਤ ਨੂੰ ਨੀਂਦ ਨਾ ਆਇਆ ਕਰੇ ਵੀ ਨਹੀਂ ਉਹ ਕਾਲਜ ਚ ਜਾਣਾ ਉਹ ਕਾਲਜ ਚ ਜਾਣਾ ਮੈਨੂੰ ਸੋਚ ਮੈਨੂੰ ਜਿਹੜੀ ਮੇਰੀ ਅੰਦਰ ਚੱਲਿਆ ਸੀਗਾ ਕਿ ਮੈਂ ਜਾਣਾ ਉੱਥੇ ਉਹ ਕਾਲਜ ਦੇ ਵਿੱਚ ਤਾਂ ਮੈਂ ਮੈਨੂੰ ਇੱਕ ਹਫ਼ਤੇ ਦੀ ਮੈਮ ਨੇ ਪੈਸੇ ਦਿੱਤੇ ਕਿ ਤੁਸੀਂ ਬਟੇ ਹਰ ਰੋਜ਼ ਜਾਣਾ ਤੇ ਹਰ ਰੋਜ਼ ਜਾਣਾ ਤਾਂ ਉਹ ਇੱਕ ਹੁੰਦਾ ਨੇ ਸਾਡੇ ਇੱਕ ਕਹਾਵਤ ਵੀ ਆ ਕਿ ਇੱਕ ਬਿਨ ਵਜਾਉਣੀ ਪੈਂਦੀ ਹੈ ਸੱਪ ਨੂੰ ਕੱਢਣ ਵਾਸਤੇ ਤਾਂ ਮੈਨੂੰ ਲੱਗਿਆ ਕਿ ਉਹ ਮੇਰੇ ਵਾਸਤੇ ਸਭ ਤੋਂ ਵੱਡਾ ਮੇਰਾ ਇਨਸਪੀਰੇਸ਼ਨ ਸੀਗੀ ਉਹ ਜਿਹੜੀ ਮੈਨੂੰ ਮੈਮ ਨੇ ਦਿੱਤੇ ਪੈਸੇ ਤਾਂ ਜਦੋਂ ਮੈਂ ਕਾਲਜ ਦੇ ਵਿੱਚ ਆਇਆ ਐਂਟਰਸ ਕਲੀਅਰ ਐਂਟਰਸ ਤੋਂ ਪਹਿਲਾਂ ਵੀ ਇੱਕ ਕਾਫੀ ਮੇਰੇ ਨਾਲ ਜੋ ਹੋਏ ਮੇਰੀ ਐਡਮਿਸ਼ਨ ਨਹੀਂ ਹੋ ਰਹੀ ਸੀ ਤੇ ਮੇਰਾ ਸ ਮੇਰਾ ਐਸਸੀ ਦੇ ਵਿੱਚੋਂ 5ਵਾਂ ਰੈਂਕ ਸੀਗਾ ਤਾਂ ਮੈਨੂੰ ਲੱਗਿਆ ਕਿ ਨਹੀਂ ਐਡਮਿਸ਼ਨ ਨਹੀਂ ਹੋ ਸਕਦੀ ਤਾਂ ਉਹ ਮੇਰੇ ਪਾਪਾ ਨੇ ਮੈਨੂੰ ਹਮੇਸ਼ਾ ਇਨਸਪਾਇਰ ਕੀਤਾ ਕਿ ਬੇਟਾ ਤੇਰੇ ਅੰਦਰ ਇੱਕ ਹਜ਼ਾਰ ਆਤਾ ਤੇ ਤੂੰ ਉਹਨੂੰ ਸਮਝ ਤਮੇ ਦੂਸਰੇ ਦੂਜੀ ਵਾਰ ਜਦੋਂ ਆਇਆ ਤਾਂ ਮੇਰੀ ਇਹ ਕਾਲਜ ਐਡਮਿਸ਼ਨ ਹੋ ਗਈ ਤਾਂ ਮੇਰੇ ਮਨ ਚ ਇੱਕ ਸੀ ਹੀ ਆਹੀ ਲਾਈਫ ਆ ਤੇ ਆਹੀ ਕਾਲਜ ਆ ਤਾਂ ਅਗਰ ਤੂੰ ਬੱਚੇ ਅਗਰ ਗੁਰਪ੍ਰੀਤ ਤੂੰ ਰੇ ਕੁਛ ਨਹੀਂ ਕੀਤਾ ਆ ਕੇ ਤਾਂ ਤੂੰ ਕੁਛ ਨਹੀਂ ਕੀਤਾ ਤਾਂ ਮੈਂ ਇੱਕ ਸਾਲ ਆਪਣਾ ਇੰਨਾ ਮੈਂ ਮੇਰਾ ਫਸਟ ਇਅਰ ਮੈਨੂੰ ਖੁਦ ਨੂੰ ਨਹੀਂ ਪਤਾ ਮੇਰੇ ਮੇਰੇ ਫਰੈਂਡ ਮੈਨੂੰ ਮਜ਼ਾਕ ਕਰਦੇ ਸੀ ਕਿ ਲੋਰ ਚ ਫਿਰ ਜਾਣਾ ਪਰ ਮੈਨੂੰ ਇਹਨਾਂ ਪਤਾ ਸੀ ਕਿ ਮੈਂ ਸਿੱਖਣਾ ਆ ਕੁਝ ਤੇ ਸਿੱਖੇ ਜਾਣਾ ਮੇਰਾ ਤੇ ਮੈਂ ਜਿਹੜੀ ਮੈਂ ਜਦੋਂ ਵੀ ਐਫਏ ਕੀਤੀ ਤਾਂ ਮੈਂ ਐਪਲਾਈਡ ਆਰਟ ਦੇ ਵਿੱਚੋਂ ਵੀ ਐਫਏ ਕਰਕੇ ਜਦੋਂ ਮੈਨੂੰ ਲੱਗਿਆ ਕਿ ਮੈਂ ਵੀ ਐਫਏ ਕਰ ਲਈ ਤੇ ਮੈਂ ਕੁਝ ਮੇਰਾ ਨਾਮ ਤਾਂ ਹੈ ਨਹੀਂ ਚੰਡੀਗੜ੍ਹ ਦੇ ਵਿੱਚ ਮੇਰਾ ਚੰਡੀਗੜ੍ਹ ਦੇ ਵਿੱਚ ਨਾਮ ਨਹੀਂ ਹੈਗਾ ਮੈਂ ਨਾਮ ਜੋ ਨਾਮ ਮੈਂ ਸੋਚਿਆ ਐਸੀ ਗੁਰਪ੍ਰੀਤ ਦਾ ਨਾਮ ਹੋਵੇ ਚੰਡੀਗੜ੍ਹ ਉਹਦੇ ਵਿੱਚ ਤਾਂ ਹੈ ਨਹੀਂ ਤਾਂ ਫਿਰ ਮੈਂ ਇੱਕ ਸਾਲ ਡ੍ਰੌਪ ਕਰਤਾ ਇੱਕ ਸਾਲ ਡ੍ਰੌਪ ਕੀਤਾ ਹੋਇਆ ਤੋਂ ਇੱਕ ਸਾਲ ਜਿਹੜਾ ਡ੍ਰੌਪ ਕੀਤਾ ਸੀ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਮੈਨੂੰ ਲੱਗਦਾ ਕਿ ਮੇਰੇ ਆਪਣੇ ਬਾਰੇ ਸੋਚਣ ਦਾ ਇੱਕ ਬਹੁਤ ਵੱਡਾ ਉਹ ਸੀਗਾ ਕਿ ਮੈਂ ਸੋਚਾਂ ਕਿ ਗੁਰਪ੍ਰੀਤ ਤੂੰ ਕੀ ਆ ਤੇ ਤੂੰ ਕੀ ਕਰ ਸਕਦਾ ਤਾਂ ਫਿਰ ਇੱਕ ਸਾਲ ਬਾਅਦ ਜਦੋਂ ਮੈਂ ਦੇਖਿਆ ਕਿ ਮੇਰੀ ਪਕੜਗੀ ਦੇ ਵਿੱਚ ਆ ਮੇਰੇ ਕਨਸੈਪਟ ਕੀ ਨੇ ਤਾਂ ਮੈਨੂੰ ਕੰਧਾਂ ਯਾਦ ਆਈਆਂ ਸਾਡੇ ਤੇ ਮੇਰੀ ਮੰਮਾ ਨੇ ਮੈਨੂੰ ਮੈਂ ਮੰਮੀ ਨੂੰ ਪੁੱਛਿਆ ਇੱਕ ਦਿਨ ਜਾ ਕੇ ਕਿ ਮੰਮੀ ਮੈਂ ਮੈਨੂੰ ਪਤਾ ਨਹੀਂ ਮੈਂ ਕਿਸ ਤਰੀਕੇ ਦਾ ਸੀ ਛੋਟਾ ਹੁੰਦਾ ਕਿਉਂਕਿ ਮਾਂ ਨੂੰ ਹਮੇਸ਼ਾ ਤੋਂ ਪਤਾ ਜ਼ਿਆਦਾ ਹੁੰਦਾ ਹੈ بڑے ਬੱਚੇ ਬਾਰੇ ਉਨੇ ਉਹਦਾ ਬਚਪਨ ਦੇਖਿਆ ਹੁੰਦਾ। ਉਹਨੇ ਮੇਰੇ ਜੂੜੀ ਕਰਨੀ ਛੋਟੇ ਹੁੰਦੇ ਵੇ ਤੇ ਸਕੂਲ ਮੈਨੂੰ ਭੇਜਣਾ ਮੈਂ ਸ਼ਰਾਰਤੀ ਬਹੁਤ ਸੀ ਸਕੂਲ ਲਈ ਜਾਂਦਾ ਸੀ। ਰਾਹ ਦੇ ਵਿੱਚ ਹੀ ਕੋਈ ਚੀਜ਼ ਦਿਗ ਗਈ ਉਹਦੇ ਵੱਲ ਅਲੱਗ ਜਾ ਹੁੰਦਾ ਜਿਵੇਂ ਵੈਨ ਗੋਕ ਕਹਿੰਦਾ ਕਿ ਮੈਨੂੰ ਕਲਾਸ ਦੇ ਵਿੱਚ ਬੈਠਣਾ ਨਹੀਂ ਅੱਛਾ ਲੱਗਦਾ ਜਿੰਨਾ ਮੈਨੂੰ ਘੁੰਮਣਾ ਅੱਛਾ ਲੱਗਦਾ ਜਾਂ ਮੈਨੂੰ ਕ੍ਰੀਏਟਿਵ ਵਰਕ ਕਰਨੇ ਲੱਗਦੇ ਨੇ। ਤੇ ਜਦੋਂ ਮੇਰਾ ਮੇਰੀ ਸਕਾਲਰਸ਼ਿਪ ਲੱਗੀ ਸਕਾਲਰਸ਼ਿਪ ਜਦੋਂ ਲੱਗੀ ਮੇਰੀ ਚੰਡੀਗੜ੍ਹ ਅਕੈਡਮੀ ਦੀ ਤਾਂ ਮਮਾ ਨੂੰ ਜਾ ਕੇ ਮੈਂ ਦੱਸਿਆ ਕਿ ਮੇਰੀ ਸਕਾਲਰਸ਼ਿਪ ਲੱਗੀ ਆ। ਤਾਂ ਉਹਨੇ ਮੈਨੂੰ ਕਿਹਾ ਕਿ ਤੂੰ ਕਲਾਕਾਰ ਸੀਗਾ ਤਾਂ ਉੱਥੇ ਮੈਨੂੰ ਲੱਗਿਆ ਕਿ ਇੱਕ ਮਾਂ ਨੂੰ ਸਾਰਾ ਪਤਾ ਹੁੰਦਾ ਮੈਂ ਕਿ ਕਿਸ ਤਰੀਕੇ ਨਾਲ ਵੀ ਕਿ ਮੈਂ ਐਕਸਪਲੇਨ ਨਹੀਂ ਕਰ ਸਕਦਾ ਆਪਣੇ ਬਚਪਨ ਨੂੰ ਕਿ ਉਸ ਟਾਈਮ ਅਸੀਂ ਛੋਟੇ ਹੁੰਨੇ ਆ ਤਾਂ ਮੈਨੂੰ ਉਹ ਕਹਿੰਦੀ ਸੀ ਕਿ ਤੇਰੇ ਲਾਂਬੇ ਆਉਣੇਗੇ ਸਾਡੀਆਂ ਦੀਵਾਰਾਂ ਖਰਾਬ ਕਰਕੇ ਆ ਸਾਡੀਆਂ ਸਾਡੀਆਂ ਕੰਧਾਂ ਖਰਾਬ ਕਰ ਗਿਆ ਤੈਨੂੰ ਮਾਰਨਾ ਕੁੱਟਣਾ ਮੈਂ ਤੂੰ ਫਿਰ ਵੀ ਨਹੀਂ ਹਟਣਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਕੋਈ ਚੀਜ਼ ਜਦੋਂ ਅਸੀਂ ਕੋਈ ਡਰਾ ਕਰਦੇ ਹਾਂ ਤਾਂ ਉਹਦੇ ਵਾਸਤੇ ਕੋਈ ਪ੍ਰੋਪਰ ਡੈਫੀਨੇਸ਼ਨ ਨਹੀਂ ਹੈਗੀ ਤੁਸੀਂ ਜਦੋਂ ਕਾਲਜ ਦੇ ਵਿੱਚ ਤੁਹਾਡੇ ਦਾਖਲਾ ਹੋਇਆ ਤੁਸੀਂ ਕਿਹੜੀ ਸਟਰੀਮ ਵਿੱਚ ਐਡਮਿਸ਼ਨ ਦਿੱਤੀ ਮੈਂ ਮੈਂ ਜਦੋਂ ਮੇਰਾ ਜਿਹੜਾ ਸੀਗਾ ਮੇਰਾ ਪੇਂਟਿੰਗ ਦੇ ਵਿੱਚ ਜ਼ਿਆਦਾ ਇੰਟਰਸਟ ਸੀਗਾ ਕਿਉਂਕਿ ਮੈਨੂੰ ਪੇਂਟਿੰਗ ਬਿਲ ਹੀ ਨਹੀਂ ਉਸ ਟਾਈਮ ਤਾਂ ਫਿਰ ਮੈਨੂੰ ਲੱਗਿਆ ਕਿ ਐਪਲਾਈਡ ਦੇ ਵਿੱਚ ਮੈਂ ਕਰ ਸਕਦਾ ਹਾਂ ਮੈਸੇ ਮੇਰਾ ਇੰਟਰ ਸਕਲਪਚਰ ਵਿਦ ਵਿਸੀ ਤੇ ਫਿਰ ਜਿਹੜੀ ਤੁਹਾਡੀ ਬੈਚਲਰਸ ਔਰ ਮਾਸਟਰਸ ਦੋਨੋਂ ਪੂਰੀ 6 ਸਾਲਾਂ ਦੀ ਇਹ ਸਟੱਡੀ ਹੈ ਉਹ ਸਾਰੀ ਐਪਲਾਈਡ ਦੇ ਵਿੱਚ ਕੀਤੀ ਤੁਸੀਂ ਤੇ ਐਪਲਾਈਡ ਦੇ ਵਿੱਚ ਰਹਿੰਦੇ ਹੋਏ ਤੁਸੀਂ ਕਿਵੇਂ ਆਪਣੇ ਪੇਂਟਿੰਗ ਦੇ ਕੰਮ ਨੂੰ ਜਾਰੀ ਰੱਖਿਆ ਮੈਮ ਐਪਲਾਈਡ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੀ ਮੈਨੂੰ ਐਪਲਾਈਡ ਦੇ ਵਿੱਚ ਮੈਨੂੰ ਲੱਗਿਆ ਕਿ ਉਹ ਕਮਰਸ਼ੀਅਲ ਵਰਕ ਆ ਅਸੀਂ ਕਿਸੇ ਦੂਸਰੇ ਲਈ ਕਰ ਰਹੇ ਹਾਂ ਅਸੀਂ ਕੋਈ ਐਡ ਕਰ ਰਹੇ ਹਾਂ ਤਾਂ ਇੱਕ ਇੱਕ ਚਾਹ ਪਤੀ ਦੀ ਐਡ ਕਰ ਰਹੇ ਹਾਂ ਇੱਕ ਸਾਬਣ ਦੀ ਐਡ ਕਰ ਰਹੇ ਹਾਂ ਅਸੀਂ ਦੂਸਰੇ ਨੂੰ ਅਟਰੈਕਟ ਕਰਨ ਵਾਸਤੇ ਕਰ ਰਹੇ ਹਾਂ ਬਟ ਜੋ ਮੈਨੂੰ ਲੱਗਦਾ ਸੀ ਕਿ ਪੇਂਟਿੰਗ ਇਨਰ ਇਮਪ੍ਰੈਸ਼ਨ ਹੈ ਸਾਡਾ ਹਮਮ ਤੇ ਮੇਰੀ ਮੈਨੂੰ ਕਈ ਲੋਕ ਕਹਿੰਦੇ ਸੀ ਕਿ ਤੂੰ ਤੇਰੇ ਕੋਲ ਇੰਨਾ ਟਾਈਮ ਆ ਕਰਨ ਵਾਸਤੇ ਬਟ ਮੇਰੇ ਕੋਲ ਬਟ ਮੈਨੂੰ ਲੱਗਦਾ ਸੀ ਕਿ ਮੇਰਾ ਮੇਰੀ ਹੌਬੀ ਆ ਇਹ ਮੈਨੂੰ ਜੋ ਮੈਂ ਕਰ ਰਿਹਾ ਮੇਰੀ ਅਸਾਈਨਮੈਂਟ ਤੋਂ ਹਟ ਕੇ ਆ ਮੇਰਾ ਜੀ ਤੇ ਤੁਸੀਂ ਕਿਸ ਵਿਸ਼ਿਆਂ ਦੇ ਉੱਤੇ ਪੇਂਟਿੰਗਸ ਬਣਾਉਂਦੇ ਸੀ ਫਿਰ ਮੇਰਾ ਵਿਸ਼ਾ ਮੈਨੂੰ ਜਿਆਦਾ ਬੱਚਿਆਂ ਨੇ ਬਹੁਤ ਅਟਰੈਕਟ ਕੀਤਾ ਜੋ ਚਾਈਲਡ ਆਰਟ ਆ ਉਹ ਕਿ ਬੱਚੇ ਸਟਰੀ ਗੱਲ ਕਰਦੇ ਨੇ ਬੱਚੇ ਜਿਹੜੀ ਸਾਡੀ ਅਪਰੋਚ ਬਣੀ ਹੋਈ ਆ ਸਾਡੀ ਅਪਰੋਚ ਬਣੀ ਹੋਈ ਆ ਕਿ ਜੋ ਆਰਟ ਆ ਉਹਦੀ ਫਾਰਮ ਆ ਅਸੀਂ ਉਹਨੂੰ ਉਹਨੂੰ ਅਸੀਂ ਵੰਡਤਾ ਅਸੀਂ ਉਹਨੂੰ ਅਸੀਂ ਉਹਨੂੰ ਐਲੀਮੈਂਟਸ ਆਫ ਆਰਟ ਦੇ ਵਿੱਚ ਵੰਡਤਾ ਕਿ ਟੈਕਚਰ ਸਪੇਸ ਵਗੈਰਾ 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 ਬਟ ਜੋ ਮੈਨੂੰ ਲੱਗਦਾ ਕਿ ਜੋ ਬੱਚਾ ਵਾ ਉਹ ਸਟ੍ਰਿਕਟ ਗੱਲ ਮਤਲਬ ਸਿੱਧੀ ਐਕਸਪਲੇਨ ਕਰ ਲ ਕਰਦਾ ਕਿ ਇੱਕ ਪੇੜਾ ਤਾਂ ਉਹ ਗ੍ਰੀਨ ਆ ਦੈਟਸ ਇਟ ਉਹਦੀ ਇਮੇਜ ਪੇੜ ਦੀ ਬਣੀ ਹੋਈ ਆ ਅਸੀਂ ਕਿਸੇ ਬੱਚੇ ਨੂੰ ਪੁੱਛੀ ਬੱਚੇ ਤੁਸੀਂ ਪੇੜ ਬਣਾਓ ਤਾਂ ਉਹਦੇ ਮਨ ਸਿਰਫ ਇਹ ਗ੍ਰੀਨ ਕਲਰ ਆਉਂਦਾ ਜਦ ਕਿ ਅਸੀਂ ਮੈਚੁਰ ਜਦੋਂ ਹੋ ਜਾਂਦੇ ਆ ਤਾਂ ਸਾਡੇ ਮਨ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਉੱਪਰੋਂ ਲਾਈਟ ਹੋ ਸੈਂਟਰ ਦੇ ਵਿੱਚ ਮੀਡੀਅਮ ਹੋ ਤੇ ਲਾਸਟ ਥੱਲੇ ਜਿਹੜਾ ਡਾਰਕ ਹੋ ਜਿਸ ਤਰ੍ਹਾਂ ਮੇਰੇ ਵਰਕ ਤੁਸੀਂ ਦੇਖੀ ਹੋਣਗੇ ਮੈਂ ਆਪਣੇ ਵਰਕ ਦੇ ਵਿੱਚ ਬੱਚਿਆਂ ਦੇ ਵਾਂਗੂ ਕੰਮ ਕੀਤੇ ਹੋਏ ਨਹੀਂ ਤਾਂ ਮੈਂ ਜਦੋਂ ਮੈਂ ਕੋਈ ਕੰਮ ਕਰਦਾ ਜਾਂ ਮੈਂ ਸੋਚਦਾ ਕੁਝ ਮੇਰੇ ਵਰਕ ਮੈਂ ਰਾਤ ਨੂੰ ਉੱਠ ਕੇ ਵੀ ਕੀਤੇ ਨੇ ਕਿਸ ਕਿਸ ਟੌਪਿਕਸ ਦੇ ਉੱਤੇ ਡੀਲ ਕਰਦੇ ਹੋ ਮਤਲਬ ਠੀਕ ਹੈ ਜਿਹੜਾ ਤੁਹਾਡਾ ਐਕਸਪ੍ਰੈਸ਼ਨ ਹੈ ਤੁਹਾਨੂੰ ਸਿੰਪਲੀਫਾਈਡ ਐਕਸਪ੍ਰੈਸ਼ਨ ਵਧੀਆ ਲੱਗਦਾ ਜਿਵੇਂ ਬੱਚਿਆਂ ਦਾ ਐਕਸਪ੍ਰੈਸ਼ਨ ਹੁੰਦਾ ਪਰ ਫਿਰ ਤੁਸੀਂ ਬਣਾਉਣੇ ਕੀ ਹੋ ਤੁਹਾਡੇ ਫਾਰਮਸ ਕੀ ਹੁੰਦੇ ਨੇ ਐ ਐਕਚੁਅਲੀ ਨਾ ਮੇਰਾ ਜਿਹੜਾ ਬਚਪਨ ਆ ਮੈਂ ਤੁਹਾਨੂੰ ਦੱਸਿਆ ਨਹੀਂ ਮੇਰਾ ਬਚਪਨ ਪੰਛੀਆਂ ਦੇ ਵਿੱਚ ਨਿਕਲਿਆ ਸਾਰਾ ਸਾਡੇ ਵਾਈਟ ਕਲਰ ਦੇ ਕਬੂਤਰ ਰੱਖੇ ਹੋਏ ਸੀ ਅੱਜ ਵੀ ਰੱਖੇ ਹੋਏ ਨੇ ਉਹ ਤੇ ਆ ਕੁੱਤੇ ਆਸ-ਪਾਸ ਉਹਦਾ ਵਾਤਾਵਰਨ ਪਿੰਡ ਦਾ ਵਾਤਾਵਰਨ ਅਸੀਂ ਉੱਪਰ ਬੈਠ ਕੇ ਸੂਰਜ ਤਾਂ ਅਸੀਂ ਤਾਰਿਆਂ ਨੂੰ ਦੇਖਣਾ ਤਾਂ ਮੇਰੀ ਜਿਹੜੀਆਂ ਇਮੇਜ ਸੀਗੀਆਂ ਮੇਰੇ ਅੰਦਰ ਸੀਗੀਆਂ ਉਹ ਤਾਂ ਫਿਰ ਮੈਨੂੰ ਜਦੋਂ ਲੱਗਿਆ ਕਿ ਮੈਂ ਹਾਂ ਮੇਰੇ ਕੋਲ ਤਾਂ ਬਹੁਤ ਅੱਛਾ ਟੌਪਿਕ ਆ ਹੈ ਰੋਜ਼ ਮਰ ਰਹੀ ਦੀ ਜ਼ਿੰਦਗੀ ਦੀ ਜਿਹੜੀ ਸਾਡੀ ਪਿੰਡਾਂ ਦੇ ਵਿੱਚ ਜੋ ਹੁੰਦਾ ਵਾ ਕਿ ਇੱਕ ਮੈਂ ਇੱਕ ਮੇਰੀ ਡਰਾਇੰਗ ਕੀਤੀ ਸੀ ਕਿ ਮੇਰੇ ਸੁਪਨੇ ਵਿੱਚ ਮੇਰਾ ਘਰ ਹਮ ਹਮ ਤੋਰ ਵਿੱਚ ਮੈਂ ਆਪਣੇ ਘਰ ਨੂੰ ਡਰਾ ਕੀਤਾ ਤੇ ਮੈਂ ਇੱਕ ਛਤਰੀ ਉੱਤੇ ਬੈਠਾ ਜਿੱਥੇ ਕਬੂਤਰ ਬੈਠਦੇ ਉੱਥੇ ਆਪਣੇ ਆਪ ਨੂੰ ਬਿਠਾਇਆ ਕਿਉਂਕਿ ਬਿਲਕੁਲ ਉੱਪਰ ਆ ਉਹ ਹਮ ਹਮ ਤਾਂ ਆਪਣੇ ਆਪ ਨੂੰ ਮੈਂ ਇੱਕ ਆਜ਼ਾਦ ਪਰਿੰਦਾ ਦਿਖਾਇਆ ਕਬੂਤਰ ਜਿਹੜਾ ਹੁੰਦਾ ਜਦੋਂ ਆਕਾਸ਼ ਛੁੱਟਦਾ ਉਹ ਆਜ਼ਾਦ ਹੁੰਦਾ ਤਾਂ ਉਹ ਛਤਰੀ ਤੇ ਵੀ ਬੈਠਦਾ ਤਾਂ ਆਪਣੇ ਆਪ ਨੂੰ ਮੈਂ ਆਜ਼ਾਦ ਦਿਖਾਇਆ ਇੱਕ ਆਜ਼ਾਦ ਬੰਦੇ ਦੀ ਜੋ ਸੋਚ ਆ ਉਹ ਇੱਕ ਬੰਨੇ ਹੋਏ ਕੈਦੀ ਦੀ ਦੇ ਫਰਕ ਖੁਦਾਂ ਦੇ ਵਿੱਚ ਹੀ ਇੱਕ ਪਿੰਜਰੇ ਚ ਕੈਦ ਕੀਤਾ ਹੋਇਆ ਤੋਤਾ ਤੇ ਇੱਕ ਛਤਰੀ ਤੇ ਬੈਠਾ ਕਬੂਤਰ ਉਹਨਾਂ ਚ ਬਹੁਤ ਜ਼ਿਆਦਾ ਅੰਤਰ ਹੋਊਗਾ ਤੇ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਤਾਂ ਤੁਸੀਂ ਕਿਸ ਮੀਡੀਅਮ ਵਿੱਚ ਕੰਮ ਕਰਦੇ ਹੋ ਮੈਂ ਮੇਰੇ ਲਈ ਮੀਡੀਅਮ ਕੋਈ ਮੈਟਰ ਨਹੀਂ ਕਰਦਾ ਮੇਰੇ ਲਈ ਮੈਟਰ ਕਰਦਾ ਕਿ ਜੋ ਮੈਂ ਕਨਸੈਪਟ ਦੱਸ ਰਿਹਾ ਉਹ ਕਿੰਨਾ ਪ੍ਰਭਾਵਸ਼ਾਲੀ ਆ ਪਰ ਹਜੇ ਤੱਕ ਤੁਸੀਂ ਕਿਹੜੇ ਕਿਹੜੇ ਮੀਡੀਅਮ ਸਚ ਮੈਂ ਮੀਡੀਅਮ ਕੀਤਾ ਮੈਂ ਜਦੋਂ ਮੈਂ ਕੰਮ ਸਟਾਰਟ ਕੀਤੀ ਸੀ ਮੈਂ ਚਾਰ ਖੋਲ ਦੇ ਵਿੱਚ ਕੀਤੇ ਸੀਗੇ ਬਟ ਮੈਂ ਇੱਕ ਡਾਇਰੀ ਕੀਤੀ ਸੀਗੀ ਬਣਾਈ ਆ ਮੇ ਜਿਹੜੀ ਮੇਰੀ ਜਿਹਦੇ ਵਿੱਚ ਮੈਂ ਜਦੋਂ ਇੱਕ ਮੈਂ ਡੌਗ ਦਿਖਾਇਆ ਉਹਦੇ ਅੰਦਰ ਕੁੱਤੇ ਮੈਂ ਜਦੋਂ ਮੇਰੇ ਵਰਕ ਸਟਾਰਟ ਹੋਏ ਮੇਰੇ ਵਰਕ ਕਬੂਤਰਾਂ ਉੱਤੇ ਹੋਏ ਤਾਂ ਫਿਰ ਹੌਲੀ-ਹੌਲੀ ਉਹਦੇ ਅੰਦਰ ਡੌਗ ਆ ਗਏ ਉਹ ਡੌਗ ਕੀ ਆ ਕਿ ਮੈਂ ਇੱਕ ਜਿਹੜੇ ਡੌਗ ਨੂੰ ਮੇਰੇ ਲਈ ਇੱਕ ਲੋਕਾਂ ਦੀ ਜਿਹੜੀ ਫਿਲਾਸਫੀ ਬਣੀ ਹੈ ਡੌਗ ਨੂੰ ਅਸੀਂ ਵਫਾਦਾਰ ਕਹਿੰਦੇ ਆ ਕਿ ਸਾਡੇ ਲਈ ਵਫਾਦਾਰ ਆ ਇਹ ਮੈਂ ਇੱਕ ਨਾਵਲ ਪੜ੍ਹਿਆ ਸੀ ਕਿ ਇੱਕ ਫੈਮਿਲੀ ਆਪਣੇ ਬੱਚਿਆਂ ਨੂੰ ਆਪਣੇ ਦਾਦਾ ਜੀ ਕੋਲ ਛੱਡ ਕੇ ਜਾਂਦੀ ਆ ਦਾਦਾ ਜੀ ਦੀ ਜਿਹੜੀ ਉਹ ਆ ਨਾ ਫਿਲਾਸਫੀ ਬਣੀ ਹੋਈ ਹੈ ਕਿ ਸਾਡੇ ਬੱਚਿਆਂ ਦੀ ਕੇਅਰ ਕਰੂਗਾ ਸਾਡੇ ਲਈ ਵਫਾਦਾਰ ਆ ਇਹ ਤਾਂ ਉਹੀ ਬੱਚੇ ਦੇ ਨਾਲ ਗਲਤ ਕੰਮ ਕਰ ਗਿਆ ਤਾਂ ਮੈਨੂੰ ਲੱਗਿਆ ਕਿ ਮੇਰੇ ਟੌਪਿਕ ਨਾਲ ਬਿਲਕੁਲ ਮੈਚ ਕਰ ਰਿਹਾ ਹੋ ਤਾਂ ਮੈਂ ਇੱਕ ਡਰਾਇੰਗ ਕੀਤੀ ਜਿਹੜੀ ਪੰਜਾਬ ਲੈਦਰ ਅਕੈਡਮੀ ਦੇ ਵਿੱਚ ਸਿਲੇਕਟ ਆ ਉਹ ਬੱਚੇ ਦਾ ਪੈਰ ਦਿਖਾਇਆ ਰੈੱਡ ਕਲਰ ਦਾ ਤੇ ਸਾਡੇ ਹੀ ਪਾਲੇ ਹੋਏ ਕਬੂਤਰ ਤੇ ਸਾਡਾ ਹੀ ਪਾਲਾ ਹੈ ਕੁੱਤਾ ਜਿਹਨੂੰ ਅਸੀਂ ਵਫਾਦਾਰ ਸਮਝਦੇ ਆ ਉਹ ਹੀ ਸਾਡੇ ਕਬੂਤਰ ਖਾ ਗਿਆ ਤਾਂ ਉਹਦੇ ਨਾਲ ਮੇਰੇ ਮਾਂ ਜਿਹੜੇ ਮੇਰੇ ਕਮਾਂ ਦੇ ਵਿੱਚ ਫਿਰ ਮੇਰੇ ਕਮਾਂ ਦੇ ਵਿੱਚ ਟੰਕੇ ਆ ਗਏ ਹਮਮ ਕੀ ਇੱਕ ਬੱਚਾ ਜਿਹੜਾ ਕਿ 5 ਸਾਲ ਦਾ ਉਹਦੇ ਸਾਹਮਣੇ ਇੱਕ ਇੱਕ ਕਬੂਤਰ ਦੇ ਟੰਕੇ ਲਗਾਏ ਜਾ ਰਹੇ ਨੇ ਉਹਦੇ ਸਾਹਮਣੇ ਤਾਂ ਉਹਦੀ ਜਿਹੜੀ ਕੁੱਤੇ ਦੇ ਵਿੱਚ ਜਿਹੜੀ ਉਹਦੇ ਲਈ ਕੁੱਤੇ ਦੀ ਜਿਹੜੀ ਈਮੇਜ ਆ ਉਹ ਕਿਸ ਤਰੀਕੇ ਦੀ ਹੋਗੀ ਜਿਹੜੇ ਟੰਕੇ ਲੱਗ ਰਹੇ ਨੇ ਮੇਰੀ ਤੁਸੀਂ ਕੁਝ ਮੇਰੇ ਡਰੰਗਾ ਦੇਖੇ ਹੋਣਗੇ ਮੈਂ ਬੁਣ ਕੇ ਕੰਮ ਕਰਿਆ ਉਹਦੇ ਤੇ ਟੰਕੇ ਉੱਤੇ ਕੰਮ ਕੀ ਪੈਂਦ ਨਾਲ ਸਿੰਬਲ ਹੋਰ ਕਿਸ ਪ੍ਰਕਾਰ ਦੇ ਕੰਮ ਕਰਦੇ ਹੋ ਤੁਸੀਂ ਮੈਂ ਮੈਂ ਜਿਹੜੇ ਮੈਂ ਵਰਕ ਨਏ ਸਟਾਰਟ ਕੀਤੇ ਨੇ ਜਿਹੜੇ ਮੈਂ ਰੀਸੈਂਟਲੀ ਮੈਂ ਵਰਕ ਸਟਾਰਟ ਕੀਤੇ ਨੇ ਤਾਂ ਮੈਂ ਸੋਚਦਾ ਕਿ ਮੈਂ ਨਾ ਜਿਹੜੇ ਬੋਰੀ ਹੁੰਦੀ ਆ ਜਿਹੜੀ ਸਾਡੇ ਘਰਾਂ ਚ ਆ ਮਿਲਦੀ ਆ ਤੇ ਉਹਦੇ ਮਿੱਟੀ ਲਗਾ ਕੇ ਮਤਲਬ ਜਿਹੜੀ ਚੀਜ਼ ਕਦੇ ਜਿਹੜੀ ਚੀਜ਼ ਕਦੇ ਮੈਨੂੰ ਲੱਗਦਾ ਕਿ ਆਰਟ ਦੇ ਵਿੱਚ ਇਹ ਵੀ ਹੋ ਸਕਦਾ ਕਿਉਂਕਿ ਇਹ ਜਿਹੜੇ ਮੇਰੇ ਕੰਮਾਂ ਦੇ ਵਿੱਚ ਬਦਲਾਅ ਆਇਆ ਅਸੀਂ ਕਹਿੰਦੇ ਜਦੋਂ ਅਸੀਂ ਕਿਤੇ ਘੁੰਮਦੇ ਨਹੀਂ ਅਸੀਂ ਕਿਤੇ ਕੰਮ ਨਹੀਂ ਦੇਖਦੇ ਤਾਂ ਸਾਡੇ ਸਾਨੂੰ ਐ ਲੱਗਦਾ ਸਾਡੀ ਜਿਹੜੀ ਉਹ ਆ ਨਾ ਇੱਕ ਪੰਜਾਬ ਦੀ ਜਾਂ ਅਸੀਂ ਸੋਚੀਏ ਕਿ ਇੱਕ ਜਿਹਨੇ ਰੰਗ ਲਗਾਤੇ ਉਹੀ ਆਰਟਿਸਟ ਆ ਜਿਹਨਾਂ ਅਸੀਂ ਸੋਚਦੇ ਸੀਗੇ ਕਿ ਇੱਕ ਫੁੱਲ ਬਣਾਤਾ ਤਾਂ ਇੱਕ ਜਿਹਨੇ ਇੱਕ ਫੇਰ ਬਣਾਤਾ ਜਾਂ ਜਿਹਨੇ ਇੱਕ ਫਿਗਰ ਬਣਾਤੀ ਜਾਂ ਸਾਡੀ ਜਿਹੜੀ ਜਦੋਂ ਅਸੀਂ ਮੈਂ ਮੈਂ ਵੀ ਜਦੋਂ ਜਦੋਂ ਕੰਮ ਸਟਾਰਟ ਕੀਤਾ ਅਸੀਂ ਗੁਰੂਆਂ ਦੀਆਂ ਫੋਟੋਆਂ ਬਣਾਇਆਂ ਨੇ ਤਾਂ ਮੇਰੇ ਕੰਮ ਜਿਹੜੇ ਉਹਦੇ ਨਾਲ ਹੁਣ ਬਹੁਤ ਹਟਕੇ ਨੇ ਕਿਉਂਕਿ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਘੁੰਮ ਕੇ ਨਹੀਂ ਦੇਖਦੇ ਨਾ ਤਾਂ ਜਦੋਂ ਮੇਰੀ ਸੀਸੀਆਰਟੀ ਦੀ ਦੀ ਸਿਲੈਕਸ਼ਨ ਹੋਈ ਸੀਗੀ ਮੇਰੀ ਦਿੱਲੀ ਦੇ ਵਿੱਚ ਤਾਂ ਉੱਥੇ ਕਾਫੀ ਆਰਟਿਸਟ ਆਏ ਸੀਗੇ ਦਿੱਲੀ ਦੇ ਸੌਰੀ ਆਲ ਓਵਰ ਇੰਡੀਆ ਦੇ ਵਿੱਚੋਂ ਤਾਂ ਉੱਥੇ ਮੈਨੂੰ ਦੇਖਿਆ ਕਿ ਇਹ ਤਾਂ ਜਿਹੜੇ ਕੰਮ ਕੀਤੇ ਹੋਏ ਨੇ ਬਹੁਤ ਜਿਆਦਾ ਨੇਚਰਲ ਪਿਗਮੈਂਟਸ ਨੇ ਯੂਜ਼ ਕੀਤੇ ਹੋਏ ਨੇ ਬੀਤਾਂ ਸਾਡੇ ਆਸ-ਪਾਸ ਨੇ ਮੈਂ ਤਾਂ ਮੈਂ ਕਿਉਂ ਨਹੀਂ ਸੋਚਿਆ ਜੀ ਜਮਰੀ ਜਦ ਮੈਂ ਮੈਂ ਵੀ ਕਰ ਸਕਦਾ ਇਹਦੇ ਨਾਲ ਕੰਮ ਜਦਕਿ ਅਗਰ ਮੈਂ ਉੱਥੇ ਨਾ ਜਾਂਦਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਵੀ ਇਹ ਚੀਜ਼ ਵੀ ਹੈਗੀ ਆ ਠੀਕ ਸੋ ਤੁਸੀਂ ਇਹ ਮੈਨੂੰ ਦੱਸ ਰਹੇ ਸੀ ਕਿ ਜਿਹੜੇ ਤੁਸੀਂ ਰੀਸੈਂਟ ਵਰਕ ਕਰ ਰਹੇ ਹੋ ਮਿੱਟੀ ਦੇ ਨਾਲ ਕਰ ਰਹੇ ਹੋ ਜੀ ਕਿਵੇਂ ਕਿ ਕਿਸ ਸਾਈਜ਼ ਵਿੱਚ ਕਰ ਰਹੇ ਹੋ ਕਿਸ ਥੀਮ ਦੇ ਉੱਤੇ ਕਰ ਰਹੇ ਹੋ ਕਿਉਂਕਿ ਮੈਂ ਕਾਫੀ ਵੱਡੇ ਕੰਮ ਕਰਕੇ ਦੇਖੇ ਨੇ ਤਾਂ ਮੈਨੂੰ ਹੁਣ ਲੱਗਦਾ ਕਿ ਮੈਂ ਛੋਟੇ ਕੰਮ ਕਰਾਂ ਇਦੇ ਵਿੱਚ ਕੀ ਕੰਮ ਸੇਮ ਪ੍ਰੋਸੈਸ ਮੇਰਾ ਉਹੀ ਹੋਊਗਾ ਮੇਰਾ ਬਚਪਨ ਦੀਆਂ ਜਿਹੜੀਆਂ ਮੈਂ ਸੋਚਦਾ ਹੁੰਨਾ ਕਿ ਇਸ ਤਰ੍ਹਾਂ ਹੋ ਸਕਦਾ ਇੱਕ ਜੀਨ ਮਾਈਕਲ ਬਰੈਸਕਿਊ ਕਰਕੇ ਆਰਟਿਸਟ ਐ ਇੱਕ ਮੈਨੂੰ ਲੱਗ ਜਦੋਂ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੇ ਵਰਕ ਉਹਦੇ ਨਾਲ ਮੈਚ ਕਰਦੇ ਨੇ ਮੈਂ ਸੋਚਿਆ ਕਿ ਦੇਖਾਂ ਸੀ ਮੈਂ ਵੀ ਕਿਸ ਤਰੀਕੇ ਦੇ ਕੰਮ ਕਰਦਾ ਤਾਂ ਮੈਨੂੰ ਲੱਗਿਆ ਕਿ ਹਾਂ ਬਿਲਕੁਲ ਉਸ ਤਰੀਕੇ ਦੇ ਵਰਕ ਨੇ ਤਾਂ ਜਿਹੜੇ ਇਸ ਤਰੀਕੇ ਦੇ ਮੈਂ ਕੰਮ ਕਰਦਾ ਤਾਂ ਫਿਰ ਮੈਨੂੰ ਲੱਗਿਆ ਕਿ ਮੈਂ ਸਹੀ ਜਗ੍ਹਾ ਤੇ ਜਾ ਰਿਹਾ ਹਾਂ ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਜੋ ਕਈ ਵਾਰ ਅਸੀਂ ਸੋਚਦੇ ਹਾਂ ਕਿ ਯਾਰ ਮੇਰੇ ਕੰਮ ਅਸੀਂ ਮੈਂ ਕੰਮ ਕਰੀ ਜਾ ਰਿਹਾ ਮੇਰੇ ਕੰਮ ਨੂੰ ਐਪਰੀਸ਼ੀਏਸ਼ਨ ਕਿਉਂ ਨਹੀਂ ਮਿਲ ਰਹੀ ਜਿਤਕਿ ਮੇਰੇ ਕੰਮ ਬਿਲਕੁਲ ਡਿਫਰੈਂਟ ਨੇ ਤੁਸੀਂ ਦੇਖੇ ਹੋਣਗੇ ਮੈਂ ਕੁਝ ਵਰਕ ਮੈਂ ਮਿੱਟੀ ਦੇ ਉੱਤੇ ਹਾਂ ਮੈਨੂੰ ਇੱਕ ਦਿਨ ਮੈਂ ਘਰ ਗਿਆ ਤਾਂ ਇੱਕ ਦੀਵਾਰ ਦੇ ਉੱਤੇ ਕੀ ਸੀਗਾ ਚੁੱਲ੍ਹੇ ਦੇ ਨਾਲ ਨਾ ਡਾਰਕ ਹੋਇਆ ਸੀਗਾ ਦੇ ਨਾਲ ਜਿਹੜੀ ਅਸੀਂ ਧੂਆ ਹੁੰਦਾ ਤੋਂ ਕੁਝ ਬੱਚਿਆਂ ਨੇ ਖਰੋਚ ਕੇ ਕੁਝ ਬਣਾਇਆ ਹੋਇਆ ਤਾਂ ਮੈਨੂੰ ਲੱਗਿਆ ਕਿ ਯਾਰ ਇਹ ਵਰਕ ਹੋ ਸਕਦਾ ਇਹ ਆਰਟਵਰਕ ਹੋ ਸਕਦਾ ਕਿੰਨਾ ਕਿਆ ਪਿਆਰਾ ਟੈਕਚਰ ਆ ਜਿਹੜੀਆਂ ਬੱਚੇ ਨੇ ਕੁਝ ਡਰਾ ਕੀਤਾ ਹੋਇਆ ਸਕੂਲ ਜਾ ਰਹੇ ਨੇ ਤੇ ਉਹਦੀ ਮੰਮੀ ਉਹਨੂੰ ਲੈ ਕੇ ਜਾ ਰਹੀ ਆ ਜੋ ਬੱਚੇ ਜੋ ਬੱਚਾ ਸੋਚਦਾ ਉਹਨੇ ਸਕ੍ਰੈਚ ਕਰਕੇ ਬਣਾਇਆ ਹੋਇਆ ਤਾਂ ਫਿਰ ਮੈਨੂੰ ਲੱਗਿਆ ਕਿ ਮੈਂ ਵੀ ਇਸ ਤਰੀਕੇ ਦੇ ਕੰਮ ਕਰ ਸਕਦਾ ਤਾਂ ਫਿਰ ਮੈਂ ਮਿੱਟੀ ਦੇ ਨਾਲ ਲੇਪ ਕੀਤਾ ਸ਼ੀਟ ਦੇ ਉੱਤੇ ਤਾਂ ਫਿਰ ਹੁਣ ਤੁਸੀਂ ਮਿੱਟੀ ਤਾਂ ਲਗਾਤੀ ਸ਼ੀਟ ਦੇ ਉੱਤੇ ਸੀਟ ਤੇ ਉੱਤੇ ਮਿੱਟੀ ਲਗਾ ਕੇ ਹੁਣ ਤੁਸੀਂ ਇਹ ਵੀ ਸੋਚਣਾ ਕਿ ਉਹ ਮਿੱਟੀ ਉੱਤਰ ਤਾਂ ਨਹੀਂ ਰਹੀ ਹੂੰ ਬਿਲਕੁਲ ਜੀ ਕਿ ਮਿੱਟੀ ਉੱਤਰ ਤਾਂ ਨਹੀਂ ਫਿਰ ਉਹਦੇ ਬਾਰੇ ਵੀ ਮੈਂ ਪੜਿਆ ਨੈਟ ਦੇ ਉੱਤੇ ਕਿ ਅਗਰ ਮਿੱਟੀ ਸੀਟ ਦੇ ਉੱਤੇ ਲਗਾਣੀ ਆ ਤਾਂ ਉਹ ਮਿੱਟੀ ਉੱਤਰਨੀ ਵੀ ਨਹੀਂ ਚਾਹੀਦੀ ਤਾਂ ਫਿਰ ਮੈਂ ਉਹਦੇ ਵਿੱਚ ਰੇਜ਼ਨ ਮਿਕਸ ਕੀਤਾ ਉਹਦੇ ਅੰਦਰ ਫੈਬੀਕੋਲ ਮਿਕਸ ਕੀਤਾ ਫਿਰ ਮੈਂ ਉਹਨੂੰ ਕੁਝ ਵਾਂ ਸ਼ੀਟਾਂ ਉੱਤੇ ਕਰਕੇ ਦੇਖਿਆ ਕਿ ਉੱਤਰ ਤਾਂ ਨਹੀਂ ਰਹੀ ਤਾਂ ਉਹ ਮੇਰਾ ਐਕਸਪੈਰੀਮੈਂਟ ਸਹੀ ਰਹੇ ਸਹੀ ਰਿਹਾ ਤਾਂ ਮੈਨੂੰ ਲੱਗਿਆ ਕਿ ਹਾਂ ਆ ਮੇਰੀ ਜੋ ਮੈਨੂੰ ਚੀਜ਼ ਚਾਹੀਦੀ ਸੀ ਮੈਨੂੰ ਮਿਲ ਗਈ ਫਿਰ ਮੈਂ ਉਸ ਤਰੀਕੇ ਦਾ ਹੀ ਕੰਮ ਕੀਤਾ ਮੈਂ ਸ਼ੀਟ ਨੂੰ ਲੈ ਕੇ ਉਹਦੇ ਦੀਵਾ ਲਗਾ ਕੇ ਉਹਨੂੰ ਉਹ ਇਸ ਤਰੀਕੇ ਨਾਲ ਕਾਲਾ ਕੀਤਾ ਹੂੰ ਹੂੰ ਤੇ ਉਸ ਤਰੀਕੇ ਨਾਲ ਕਾਲਾ ਕਰਕੇ ਫਿਰ ਮੈਂ ਸਕ੍ਰੈਚ ਵੀ ਉਸ ਤਰੀਕੇ ਦੇ ਕੀਤੇ ਤਾਂ ਮੈਨੂੰ ਬਹੁਤ ਪਿਆਰੇ ਲੱਗੇ ਵਰਕ ਮੇਰੇ ਉਹ ਹੂੰ ਹੂੰ ਜਦ ਕਿ ਮੈਂ ਜੋ ਮੈਂ ਸੋਚਦਾ ਸੀ ਕਿ ਕਿ ਇਸ ਤਰੀਕੇ ਦਾ ਹੋਣਾ ਚਾਹੀਦਾ ਉਹਦੇ ਨਾਲ ਬੈਟਰ ਉਹਦੇ ਨਾਲ ਬਹੁਤ ਅੱਛਾ ਰਿਜ਼ਲਟ ਨਿਕਲ ਕੇ ਆਇਆ ਜੋ ਮੈਂ ਸੋਚਦਾ ਸੀਗਾ ਜੀ ਤੁਸੀਂ ਜਦੋਂ ਕਾਲਜ ਦੇ ਵਿੱਚ ਤੁਸੀਂ ਕਿਹਾ ਤੁਸੀਂ ਅਪਲਾਈਡ ਆਰਟ ਪੜ੍ਹ ਰਹੇ ਸੀਗੇ ਤੁਹਾਡਾ ਇੰਟਰਸਟ ਨਹੀਂ ਰਿਹਾ ਕਦੇ ਵੀ ਕਿ ਤੁਸੀਂ ਲੋਕਲੀਆਂ ਚੀਜ਼ਾਂ ਬਣਾਓ ਬਟ ਉਹਦੇ ਵਿੱਚ ਤੋਂ ਬੜੀ ਇੰਟਰਸਟਿੰਗ ਇੱਕ ਐਲੀਮੈਂਟ ਹੁੰਦਾ ਹੈ ਪ੍ਰਾਈ ਡਾਟ ਦਾ ਜੋ ਕਿ ਹੁੰਦਾ ਡਿਜ਼ਾਈਨ ਜੀ ਉਹ ਤੁਹਾਨੂੰ ਉਹ ਉਹ ਜਿਹੜਾ ਐਲੀਮੈਂਟ ਹੈ ਡਿਜ਼ਾਈਨ ਦਾ ਉਹ ਤੁਸੀਂ ਕਦੇ ਸੋਚਿਆ ਆਪਣੇ ਕੰਮ ਦੇ ਵਿੱਚ ਇਨਕੋਰਪੋਰੇਟ ਕਰਨ ਲਈ ਕਿਸੇ ਤਰੀਕੇ ਦੇ ਨਾਲ ਮੈਂ ਡਿਜ਼ਾਈਨ ਮੈਨੂੰ ਡਿਜ਼ਾਈਨ ਜਿਹੜਾ ਨਾ ਮੈਨੂੰ ਬੰਧਨ ਲੱਗਦਾ ਇੱਕ ਤਰੀਕੇ ਦਾ ਕਿਉਂਕਿ ਉਹ ਸਾਨੂੰ ਇੱਕ ਮਿਨੀਮਮ ਸਪੇਸ ਦਿੱਤੀ ਜਾਂਦੀ ਹੈ ਕਿ ਤੁਸੀਂ ਸਪੇਸ ਦੇ ਵਿੱਚ ਹੀ ਕੰਮ ਕਰਨਾ देखो लिमिटेशंस एंड स्पेस ਤਾਂ ਹਮੇਸ਼ਾ ਹੁੰਦੀ ਹੈ ਹੁਣ ਤੁਸੀਂ ਇੱਕ ਸ਼ੀਟ ਦੇ ਉੱਤੇ ਕੰਮ ਕਰ ਰਹੇ ਹੋ ਉਹ ਵੀ ਇੱਕ ਲਿਮਿਟਿਡd ਸਪੇਸ ਹੈ ਉਹ ਵੀ ਇੱਕ ਲਿਮਿਟਿਡ ਸ਼ੀਟ ਵਿੱਚ ਕੰਮ ਕਰ ਰਹੇ ਹੋ ਤੁਹਾਨੂੰ ਕੱਲ ਨੂੰ ਇੱਕ ਗੈਲਰੀ ਦਿੱਤੀ ਜਾਊਗੀ ਕੰਮ ਕਰਨ ਲਈ ਉਹ ਗੈਲਰੀ ਵੀ ਇੱਕ ਲਿਮਿਟਿਡd ਸਪੇਸ ਹੈਗੀ ਹੈ ਸੋ ਉਹ ਸਪੇਸ ਦਾ ਜਿਹੜਾ ਬੰਧਨ ਹੁੰਦਾ ਉਹ ਤਾਂ ਕਦੇ ਖਤਮ ਹੁੰਦਾ ਹੀ ਨਹੀਂ ਹੈ ਉਹ ਤਾਂ ਹਮੇਸ਼ਾ ਲਿਮਿਟੇਸ਼ਨਸ ਤਾਂ ਹਰੇਕ ਚੀਜ਼ ਦੇ ਵਿੱਚ ਰਹਿੰਦੀ ਹੈ ਨਾਦਰ ਮੇਰਾ ਮੰਨਣਾ ਇਹ ਹੈਗਾ ਆ ਕਿ ਜਦੋਂ ਤੁਹਾਡੇ ਕੋਲ ਇੱਕ ਸੈਟ ਆਫ ਗਿਵਨ ਹੁੰਦੇ ਆ ਉਸ गिवन ਰੂਲਸ ਦੇ ਵਿੱਚ ਤੁਸੀਂ ਕ੍ਰੀਏਟਿਵਲੀ ਜ਼ਿਆਦਾ ਬੈਟਰ ਕੰਮ ਕਰ ਸਕਦੇ ਹੋ ਅਦਰਦਰਨ ਕਿ ਤੁਹਾਨੂੰ ਜਦੋਂ ਜਮੇ ਖੁੱਲਾ ਛੱਡਤਾ ਬੰਦਾ ਕਈ ਵਾਰੀ ਡਾਇਰੈਕਸ਼ਨਲੈਸ ਹੋ ਜਾਂਦਾ ਹੈ ਜੀ ਸੋ ਉਸ ਉਸ ਐਸਪੈਕਟ ਤੋਂ ਤੁਸੀਂ ਡਿਜ਼ਾਈਨ ਨੂੰ ਕਿਵੇਂ ਦੇਖਦੇ ਹੋ ਮੈਮ ਡਿਜ਼ਾਈਨ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਮੈਨੂੰ ਡਿਜ਼ਾਈਨ ਕਦੇ ਪ੍ਰਭਾਵ ਤੇ ਨਹੀਂ ਕਰ ਸਕਿਆ ਕਿ ਮੈਂ ਇਹਨੂੰ ਕਹਿ ਸਕਾਂ ਕਿ ਮੈਂ ਇਹ ਮੇਰੇ ਲਈ ਬਣਿਆ ਕਦੇ ਆਪਲਾਈਡ ਨੂੰ ਮੈਂ ਆਪਣੇ ਆਪ ਤੇ ਥੋਪਿਆ ਨਹੀਂ ਕਿ ਤੂੰ ਆਪਲਾਈਡ ਲਈ ਬਣਿਆ ਮੈਨੂੰ ਪਤਾ ਸੀ ਕਿ ਮੈਂ ਐਪਲਾਈਡ ਨਹੀਂ ਕਰ ਸਕਦਾ ਐਪਲਾਈਡ ਦਾ ਮਤਲਬ ਹੁੰਦਾ ਦੂਸਰੇ ਨੂੰ ਅਸੀਂ ਬੁੱਧੂ ਬਣਾ ਕੇ ਚੀਜ਼ ਵੇਚਣੀ ਐਕਚੁਅਲੀ ਮੀਨਿੰਗ ਇਹ ਉਹਦਾ ਇਹ ਚੀਜ਼ ਆ ਕਿ ਅਸੀਂ ਆਪਣੀਆਂ ਉਹਦੇ ਕੁਝ ਗੁਣ ਦੱਸ ਕੇ ਲੋਕਾਂ ਨੂੰ ਅਟਰੈਕਟ ਕਰਨਾ ਆਪਣੇ ਵੱਲ ਅਸੀਂ ਕਿਸੇ ਪ੍ਰੋਡਕਟ ਨੂੰ ਵੇਚਣਾ ਤਾਂ ਉਹਨੂੰ ਉਹਦੇ ਗੁਣ ਦੱਸ ਕੇ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨਾ ਚਾਹੀਓ ਚੀਜ਼ ਗਲਤ ਹੈ ਪਰ ਮੈਨੂੰ ਮਿੱਤੋ ਨਹੀਂ ਹੋ ਜੀ ਜੋ ਹੋ ਕਿ ਕਿ ਮੈਨੂੰ ਲੱਗਦਾ ਸੀ ਕਿ ਮੈਂ ਉਹ ਜਿਹੜੀ ਚੀਜ਼ ਬਣਾਵਟੀ ਐ ਮੈਂ ਉਹ ਕਿਉਂ ਕਰੀ ਜਾ ਰਿਹਾ ਮੈਂ ਕਿਸੇ ਦਾ ਬੁੱਧੂ ਕਿਉਂ ਬਣਾਈ ਜਾ ਰਿਹਾ ਜੀ ਸੋ ਤੁਹਾਨੂੰ ਫੈਲੋਸ਼ਿਪ ਮਿਲੀ ਹੈ ਪੰਜਾਬ ਲਾਲਿਤ ਕਲਾ ਅਕੈਡਮੀ ਤੋਂ ਜੀ ਸੋ ਇਹਦੇ ਅੰਦਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸੋਚ ਰਹੇ ਹੋ ਕਿਸ ਤਰ੍ਹਾਂ ਦੇ ਕੰਮ ਬਣਾਉਣ ਦੇ ਬਾਰੇ ਸੋਚ ਰਹੇ ਹੋ ਕੋਈ ਰਿਸਰਚ ਕਰਨ ਦੇ ਬਾਰੇ ਸੋਚ ਰਹੇ ਹੋ ਜੀ ਮੇਰੀ ਜਿਹੜੀ ਫੈਲੋਸ਼ਿਪ ਮੈਨੂੰ ਮਿਲੀ ਹੈ ਨਾ ਤਾਂ ਇਹਦੇ ਨਾਲ ਕੀ ਹੋਇਆ ਮੇਰਾ ਕੋਈ ਪਛਾਣ ਨਹੀਂ ਸੀਗੀ ਚੰਡੀਗੜ੍ਹ ਦੇ ਵਿੱਚ ਕੀ ਗੁਰਪ੍ਰੀਤ ਨਾਮ ਦਾ ਕੋਈ ਆਰਟਿਸਟ ਹੈਗਾ ਜਾਂ ਕੋਈ ਬੱਚਾ ਹੈ ਜਿਹੜਾ ਇਸ ਤਰੀਕੇ ਦੇ ਕੰਮ ਕਰਦਾ ਤਾਂ ਮੈਨੂੰ ਲੱਗਿਆ ਕਿ ਉਹ ਮੇਰੇ ਵਾਸਤੇ ਬਹੁਤ ਵੱਡਾ ਇੱਕ ਮੇਰੀ ਮੈਨੂੰ ਕਾਲ ਜਦੋਂ ਆਉਂਦੀ ਆ ਕਿ ਤੁਸੀਂ ਇੱਕ ਇਸ ਤਰੀਕੇ ਨਾਲ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਜਿਹੜੀ ਉਹ ਮੇਰੀ ਫੈਲੋਸ਼ਿਪ ਜਿਹੜੀ ਮੈਨੂੰ ਮਿਲੀ ਹੈ ਇੱਕ ਮੇਰੀ ਲੋਕਾਂ ਦੇ ਮਨ ਥੋੜੀ ਮੇਰੀ ਲੱਗਦਾ ਕਿ ਹਾਂ ਇੱਕ ਬੱਚਾ ਇਸ ਤਰੀਕੇ ਦੇ ਕੰਮ ਕਰਦਾ ਜਦਕਿ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਜਦੋਂ ਮੈਂ ਮੈਨੂੰ ਆ ਸੀਗਾ ਕਿ ਮੈਂ ਵਰਕ ਤਾਂ ਕਰੀ ਜਾ ਰਹੇ ਹਾਂ ਪਰ ਮੈਨੂੰ ਐਪਰੀਸ਼ੀਏਸ਼ਨ ਨਹੀਂ ਮਿਲ ਰਹੀ ਇੱਕ ਮੈਨੂੰ ਨਾ ਤੱਕਾ ਨਹੀਂ ਮਿਲ ਰਿਹਾ ਕਿ ਹਾਂ ਦੂਗਰ ਵੀ ਸਹੀ ਕਰ ਰਹੇ ਹਾਂ ਹੁਣ ਮੈਨੂੰ ਜਦੋਂ ਮੈਂ ਹੁਣ ਸ਼ੀਟ ਚੱਕਦਾ ਜਾਂ ਮੈਂ ਹੁਣ ਕਲਰ ਚੱਕਦਾ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਮੈਨੂੰ ਲੱਗਦਾ ਕਿ ਜਿਹੜੀ ਮੈਂ ਕਾਫੀ ਵੇਰੀਏਸ਼ਨ ਕਰ ਸਕਦਾ ਕੰਮ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਮੈਂ ਜਿਹੜੀ ਲਾਈਨਾਂ ਨਾਲ ਖੇਡ ਸਕਦਾ ਜਿਤਕਿ ਮੈਨੂੰ ਲੱਗਦਾ ਸੀ ਕਿ ਮੈਂ ਲਾਈਨਾਂ ਤਾਂ ਲਗਾਈ ਜਾ ਰਹੇ ਹਨ ਪਰ ਇਹਨਾਂ ਦਾ ਕੋਈ ਮੈਨੂੰ ਇਹਨਾਂ ਦਾ ਮੈਨੂੰ ਕੋਈ ਉਹਦਾ ਕੋਈ ਐਪਰੀਸ਼ੀਏਸ਼ਨ ਨਹੀਂ ਮਿਲ ਰਹੀ ਇਹ ਲਾਈਨਾਂ ਦੀ ਤਾਂ ਮੈਨੂੰ ਲੱਗਦਾ ਕਿ ਹੁਣ ਜਦੋਂ ਮੈਨੂੰ ਐਪਰੀਸ਼ੀਏਸ਼ਨ ਮਿਲੀ ਹੈ ਮੈਨੂੰ ਪੰਜਾਬ ਲਦਰ ਅਕੈਡਮੀ ਐ ਮੈਨੂੰ ਫੈਲੋਸ਼ਿਪ ਦਿੱਤੀ ਤਾਂ ਮੈਨੂੰ ਲੱਗਦਾ ਕਿ ਜਿਹੜੀ ਉਹ ਫੈਲੋਸ਼ਿਪ ਆ ਉਹ ਸਿਰਫ ਫੈਲੋਸ਼ਿਪ ਹੀ ਨਹੀਂ ਹੈਗੀ ਮੇਰੇ ਵਾਸਤੇ ਇੱਕ ਪੁਸ਼ਪ ਵਾਲਾ ਕੰਮ ਵੀ ਕੀਤਾ ਕਿ ਤਾਕੀ ਮੈਨੂੰ ਪੁਸ਼ਪੀ ਕੰਮ ਕਰੋਂਗੇ ਇਸ ਪੁਸ਼ਪ ਦੇ ਨਾਲ ਤੁਸੀਂ ਮੈਮ ਇਹਦੇ ਨਾਲ ਮੈਂ ਜਿਹੜੀਆਂ ਜੋ ਮੈਂ ਸੋਚਿਆ ਕਿ ਮੈਂ ਹੌਨਸਮੈਂਟ ਦਾ ਕੰਮ ਵੀ ਕਰਨੇ ਆ ਕਾਫੀ ਜਿਹੜੀ ਅਸੀਂ ਅਗਰ ਮੈਂ ਮਿੱਟੀ ਦੀ ਗੱਲ ਕਰੀ ਜਾ ਰਿਹਾ ਨਾ ਤਾਂ ਅੱਜ ਕੱਲ ਜਿਹੜਾ ਕੰਕਰੀਟ ਦੇ ਅੱਜ ਕੱਲ ਜਿਹੜਾ ਪਿੰਡਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਨਾ ਲੋਕਾਂ ਦੇ ਜਿਹੜੇ ਘਰ ਨੇ ਪੱਕੇ ਹੋ ਗਏ ਤਾਂ ਨਾ ਕਈ ਵਾਰ ਕੀ ਹੁੰਦਾ ਮੈਨੂੰ ਲੱਗਦਾ ਮੈਂ ਹੁਣ ਚੱਕਰ ਲੱਗਾ ਦੀ ਮੇਰੇ ਪਿੰਡ ਦੇ ਵਿੱਚ ਤਾਂ بارش ਦੇ ਕਰਕੇ ਨਾ ਕੁਝ ਟੈਕਚਰ ਬਣ ਜਾਂਦੇ ਨੇ ਦੀਵਾਰਾਂ ਉੱਤੇ ਹਮ ਹਮ ਤਾਂ ਲੱਗਦੇ ਨੇ ਕਿ ਉਹ ਟੈਕਚਰ ਵੀ ਆਪਣੇ ਆਪ ਦੇ ਵਿੱਚ ਇੱਕ ਅਮੇਜ ਕ੍ਰੀਏਟ ਕਰਦੇ ਨੇ ਤੇ ਉਹ ਜਿਹੜੇ ਟੈਕਚਰ ਨੇ ਜਿਹੜੀਆਂ ਅਮੇਜ ਨੇ ਉਹ ਜਦੋਂ ਮੈਂ ਉਹਨੂੰ ਹੁਣ ਦੇਖਦਾ ਹੁਣ ਦੇਖਦਾ ਤੇ ਮੇਰੀ ਜਿਹੜੀ ਪਹਿਲਾਂ ਦੀ ਪਰਸੈਪਸ਼ਨ ਆ ਦੇਖਣ ਦੀ ਜਾਂ ਹੁਣ ਦੀ ਪਰਸੈਪਸ਼ਨ ਆ ਉਹਦੇ 'ਚ ਕਾਫੀ ਫਰਕ ਪਿਆ ਪਤਾ ਨਹੀਂ ਮੈਨੂੰ ਇਹ ਜਿਹਾ ਕਿ ਲਗਿਆ ਕਿ ਹਾਂ ਮੈਨੂੰ ਲੱਗਦਾ ਸੀ ਕਿ ਇਹ ਜਿਹੜੇ ਮੈਂ ਉਹਦੇ ਵਿੱਚ ਐਮਐਸ ਦੇਖਿਆ ਨੇ ਜਿਹੜੀਆਂ ਮਿੱਟੀ ਨਾਲ ਕੰਮ ਕੀਤੇ ਨੇ ਮੈਂ ਕਿ ਮੈਂ ਹੁਣ ਜਿਹੜੇ ਨਵੇਂ ਨਵੇਂ ਕੰਮ ਕਰਾਂਗਾ ਉਹਦੇ ਵਿੱਚ ਮੈਂ ਜਿਹੜੀ ਇੱਕ ਨਵੀਂ ਫਿਲਾਸਫੀ ਲੈ ਕੇ ਆਵਾਂ ਕਿ ਮੈਂ ਗ੍ਰੇ ਕਲਰ ਦੇ ਨਾਲ ਕੰਮ ਕਰਾਂ ਜਾਂ ਪੂਰੇ ਪ੍ਰੋਪਰ ਸਿਮੈਂਟ ਨਾਲ ਆ ਕੇ ਕੰਮ ਕਰਾਂ ਤੋਂ ਉਹ ਤੇ ਟੈਕਚਰ ਦਵਾਂ ਜੀ ਤੁਸੀਂ ਜਿਹੜੇ ਆਪਣੇ ਕੰਮ ਵਿੱਚ ਆਬਜੈਕਟਸ ਯੂਜ਼ ਕਰਦੇ ਹੋ ਜਾਂ ਫਾਰਮਸ ਯੂਜ਼ ਕਰਦੇ ਹੋ ਔਰ ਐਲਸ ਮਟੀਰੀਅਲ ਯੂਜ਼ ਕਰਦੇ ਹੋ ਜਿਵੇਂ ਉਹਨੇ ਤੁਹਾਨੂੰ ਕਿਹਾ ਸਿੰਬਲ ਯੂਜ਼ ਕਰਦੇ ਹੋ ਔਰ ਸੀਮੈਂਟ ਯੂਜ਼ ਕਰਨਾ ਤਾਂ ਕਿ ਤੁਹਾਡੇ ਜਿਹੜਾ ਕੰਮ ਦੇ ਵਿੱਚ ਮਟੀਰੀਅਲ ਹੈ ਜਾਂ ਜਿਹੜੇ ਫਾਰਮਸ ਨੇ ਉਹਨਾਂ ਦੀ ਕੋਈ ਸਿੰਬੋਲਿਕ ਇੰਪੋਰਟੈਂਸ ਹੁੰਦੀ ਹੈ ਮੈਮ ਨਹੀਂ ਸਿੰਬੋਲਿਕ ਨਹੀਂ ਕਹਿ ਸਕਦੇ ਮੈਂ ਜਦੋਂ ਕੋਈ ਵਰਕ ਸਟਾਰਟ ਕਰਦਾ ਤਾਂ ਉਹ ਤੇ ਮੈਨੂੰ ਇੱਕ ਸੋਚ ਕੇ ਨਹੀਂ ਕਰਦਾ ਮੈਂ ਕੀ ਕੀ ਫਿਰ ਤਾਂ ਕraft ਹੋ ਗਿਆ ਨਾ ਅਗਰ ਤੁਸੀਂ ਕਹੀਏ ਕਿ ਮੈਂ ਕੋਈ ਕੋਈ ਬੰਦਾ ਇੱਕ ਅ ਕਹ diel ki ਇਟਾ ਬਣਾ ਰਿਹਾ ਤੁਹਾਨੂੰ ਪਤਾ ਕਿ ਇਟਾਂ ਦੀ ਜਿਹੜੀ ਸ਼ੇਪ ਹੁੰਦੀ ਆ ਉਸ ਤਰੀਕੇ ਦੀ ਹੁੰਦੀ ਆ ਤਾਂ ਮੈਂ ਜਦੋਂ ਵਰਕ ਸਟਾਰਟ ਕਰਦਾ ਤਾਂ ਮੈਨੂੰ ਲੱਗਦਾ ਕਿ ਮੈਂ ਇਹ ਵਰਕ ਦੇ ਉੱਤੇ ਉਹ ਜਿਹੜੀਆਂ ਇਹ ਜੀਆਂ ਜਿਹੜੀਆਂ ਸੋਚਾਂ ਨੇ ਜਾਂ ਮੇਰੀਆਂ ਇਹ ਜੀਆਂ ਜਿਹੜੀਆਂ ਜੋ ਮੈਂ ਬਚਪਨ ਦੇ ਵਿੱਚ ਕੀਤੀਆਂ ਨੇ ਗੱਲਾਂ ਇੱਕ ਤੁਸੀਂ ਮੇਰਾ ਵਰਕ ਦੇਖਿਆ ਹੋਊਗਾ ਕਿ ਮੈਂ ਇੱਕ ਆਪਣਾ ਪੋਡਡ ਕੀਤਾ ਲਾਈਨਾਂ ਦੇ ਵਿੱਚ ਪੋਡਡ ਕੀਤਾ ਤਉ ਵਰਕ ਦੇ ਵਿੱਚ ਮੈਂ ਜਦੋਂ ਉਹ ਵਰਕ ਸਟਾਰਟ ਕੀਤਾ ਤਾਂ ਮੈਂ ਬਹੁਤ ਹੀ ਫੋਰਸ ਨਾਲ ਇੱਕ ਮੈਂ ਡੌਗ ਬਣਾਇਆ ਅਕ੍ਰੀਲਿਕ ਕਲਰ ਨਾਲ ਮੈਂ ਡੌਗ ਬਣਾਇਆ ਸੀਗਾ ਉਹ ਬਹੁਤ ਹੀ ਜ਼ਿਆਦਾ ਫੋਰਸ ਨਾਲ ਕੀਤਾ ਥੈਟਸ ਇਟ ਤਾਂ ਮੈਨੂੰ ਸੀਗਾ ਕਿ ਜਦੋਂ ਮੈਂ ਇੱਕ ਇਮੇਜ ਬਣਾ ਰਿਹਾ ਇੱਕ ਬੱਚੇ ਦੀ ਹੁਣ ਮੇਰੀ ਏਜ ਇੰਨੀ ਹੋ ਗਈ ਕਿ ਮੈਂ ਜੇਕਰ ਮੈਨੂੰ ਕੋਈ ਕਹੇ ਕਿ ਤੁਸੀਂ ਮੇਰਾ ਪੋਰਟਫੋਲੀਓ ਕਰ ਦਿਓ ਮੈਂ ਆਰਾਮ ਨਾ ਕਰ ਸਕਦਾ ਕਿਉਂਕਿ ਮੇਰੀ ਜਿਹੜੀ ਜੋ ਮੈਂ ਸਿੱਖਣਾ ਸੀਗਾ 엘మెంట్ਸ ਆਫ elements of art ਜਿਹੜੀ ਮੈਂ ਜਿਹੜੀ ਮੇਰਾ ਪ੍ਰੋਸੈਸ ਸੀ ਸਿੱਖਣ ਦਾ ਉਹ ਇੰਨਾ ਅੱਛਾ ਹੋ ਗਿਆ ਕਿ ਮੈਂ ਇਹਨੂੰ ਆਰਾਮ ਨਾ ਕਰ ਸਕਦਾ ਅਗਰ ਮੈਨੂੰ ਕੋਈ ਕਹੇਗੀ ਤੁਸੀਂ 2 ਸਾਲ ਦੇ ਬੱਚੇ ਦੇ ਵਾਂਗੂ ਆਪਣਾ ਪੋਰਟਡ ਕਰੋ ਤਾਂ ਬਹੁਤ ਮੁਸ਼ਕਿਲ ਆਉ ਤਾ ਮੈਂ ਆਪਣੇ ਜਦੋਂ ਮੈਂ ਆਪਣੇ ਇੱਕ ਵਰਕ ਦੇ ਵਿੱਚ ਮੈਂ ਜਦੋਂ ਲੈਫਟ ਹੈਂਡ ਨਾਲ ਆਪਣਾ ਛੋਟੇ ਹਿੰਦਾ ਪੋਰਟਡ ਕੀਤਾ ਤਾਂ ਮੈਨੂੰ ਐ ਲੱਗਿਆ ਕਿ ਯਾਰ ਵਾਹ ਕੀ ਬਾਤ ਹੈ ਇਹ ਦੇਖੋ ਐਕਸਪੈਰੀਮੈਂਟੇਸ਼ਨ ਆਈ ਅੰਡਰਸਟੈਂਡ ਕੀ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ ਬਟ ਪੋਰਟਰੇਟ ਨੂੰ ਚੂਸ ਕਿਤਾ ਤਾਂ ਪੋਰਟਰੇਟ ਨੂੰ ਕਿਉਂ ਚੂਸ ਕਿਤਾ ਜਿਵੇਂ ਤੁਸੀਂ ਸੀਮੈਂਟ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਸੀਮੈਂਟ ਹੀ ਕਿਉਂ ਤੇ ਮੇਰੇ ਅਗਰ ਅਗਰ ਚਾਰਕੋਲ ਵਿੱਚ ਹੀ ਕੰਮ ਕਰ ਰਹੇ ਸੀਗੇ ਠੀਕ ਹੈ at that time ਤੁਸੀਂ ਐਕਸਪੈਰੀਮੈਂਟੇਸ਼ਨ ਕਰ ਰਹੇ ਸੀ ਪਰ ਹੁਣ ਇੱਕ ਐਦਾ ਦਾ ਫੇਜ਼ ਆ ਗਿਆ ਕਿ ਜਦੋਂ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਪੋਰਟਰੇਟ ਤੁਹਾਡੇ ਬائیں ਹੱਥ ਦਾ ਖੇਲ ਹੈ ਉਹ ਸਕਿੱਲ ਤੁਹਾਡੀ ਡਿਵੈਲਪ ਹੋ ਚੁੱਕੀ ਹੈ ਹੁਣ ਜਦੋਂ ਤੁਸੀਂ ਕੋਈ ਕੋਈ ਫਾਰਮ ਪਿਕ ਅਪ ਕਰਦੇ ਹੋ ਤਾਂ ਉਹ ਕਿਉਂ ਪਿਕ ਕਰਦੇ ਹੋ ਉਹਦੇ ਪਿੱਛੇ ਕੀ ਮਤਲਬ ਹੁੰਦਾ ਮੈਮ ਫਾਰਮ ਆਈ ਥਿੰਕ ਜਿਵੇਂ ਨੂੰ ਲੱਗਦਾ ਕਿ ਜਿਹੜਾ ਮੇਰੇ ਕੰਮ ਨੇ ਮੇਰੇ ਸੈਲਫ ਦਿੱਤੀ ਨੇ ਮੈਂ ਆਪਣੇ ਸੈਲਫ ਤੇ ਕੰਮ ਕਰਦਾ ਸੈਲਫ ਦੇ ਵਿੱਚ ਕੀ ਆ ਕਿ ਮੈਂ ਖੁਸ਼ ਹੋ ਸਕਦਾ ਆਪਣੇ ਪੋਟ੍ਰੇਟ ਕੀਤੇ ਨੇ ਪੋਟ੍ਰੇਟ ਮੈਨੂੰ ਲੱਗਦਾ ਸੀ ਕਿ ਮੇਰੀ ਜਿਹੜੀ ਜਿੰਨਾ ਮੈਂ ਕ੍ਰੀਏਟਿਵ ਸੀਗਾ ਛੋਟਾ ਹੁੰਦਾ ਮੈਨੂੰ ਲੱਗਦਾ ਸੀ ਕਿ ਬਹੁਤ ਅਲੱਗ ਬੰਦੇ ਹੁੰਦੇ ਨੇ ਜਿਹੜੇ ਇਸ ਤਰੀਕੇ ਦੇ ਹੁੰਦੇ ਨੇ ਮੈਂ ਛੋਟੇ ਹੁੰਦੇ ਹੀ ਐਕਸਪੈਰੀਮੈਂਟ ਬਹੁਤ ਕਰਦਾ ਸੀਗਾ ਕਿ ਮੈਂ ਅਗਰ ਇਹ ਹੁਣ ਦੀ ਗੱਲ ਨਹੀਂ ਹੈਗੀ ਮੇਰੇ ਮੰਮਾ ਨੇ ਇੱਕ ਨਾ ਇੱਕ ਵਾਰ ਦੀ ਗੱਲ ਆ ਕਿ ਮੇਰੀ ਬੁੱਕ ਮੇਰੀ ਇਹਨਾਂ ਨੇ ਕਾਪੀ ਲੱਭੀ ਉਹਨਾਂ ਨੇ ਇੱਕ ਉਹਨਾਂ ਨੇ ਛੁਪਾ ਕੇ ਰੱਖੀ ਸੀ ਸਾਡੇ ਨਾਲ ਉਸ ਟਾਈਮ ਅੱਲਾ ਇੱਕ ਪ੍ਰੋਗਰਾਮ ਚੱਲਦਾ ਸੀ ਅੱਲਾਦੀਨ ਅੱਲਾਦੀਨ ਹੋ ਗਿਆ ਤਾਂ ਉਹਦੇ ਚ ਨਾ ਇੱਕ ਰਾਖਸ਼ ਸੀਗਾ ਤਾਂ ਆਪਣੀ ਮੈਂ ਡਾਇਰੀ ਛੋਟੀ ਜੀ ਬੁੱਕ ਦੇ ਵਿੱਚ ਜਾਂ ਕਾਪੀ ਦੇ ਵਿੱਚ ਤੇ ਜਦੋਂ ਮੈਂ ਉਹ ਡਰਾਇੰਗ ਦੇਖੀ ਜਦੋਂ ਇੱਕ ਇੱਕ 5 ਸਾਲ ਦਾ ਬੱਚਾ ਤੇ ਤੁਸੀਂ 28 ਸਾਲ ਦੀ ਉਮਰ ਦੇ ਵਿੱਚ ਉਹ ਡਾਇਰੀ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਵਾਹ ਮੈਂ ਇਸ ਤਰੀਕੇ ਦੇ ਕੰਮ ਵੀ ਕਰਦਾ ਸੀਗਾ ਜਿਹੜੀ ਰਾਖਸ਼ ਬੜਾ ਰਾਖਸ਼ ਮੈਂ ਬਣਾਇਆ ਉਹਦੀਆਂ ਅੱਖਾਂ ਦੇ ਵਿੱਚ ਲਾਲ ਰੰਗ ਉਹਦੇ ਦੰਦਾਂ ਦੇ ਵਿੱਚ ਵਾਈਟ ਕਲਰ ਤਾਂ ਉਹ ਰਾਖਸ਼ ਦੀ ਐਕਸਪ੍ਰੈਸ਼ਨ ਇਸ ਤਰੀਕੇ ਦੇ ਸੀਗੇ ਤਾਂ ਉਹ ਮੈਨੂੰ ਲੱਗਿਆ ਕਿ ਹਾਂ ਇਹ ਮੇਰੇ ਮੈਂ ਇੰਨਾ ਕ੍ਰੀਏਟਿਵ ਸੀਗਾ ਕਿ ਮੈਂ ਜਿਹੜੀ ਇੱਕ ਬੱਚਾ ਜਿਹੜਾ ਸੋਝ ਰਿਹਾ ਹੈ ਇੱਕ ਰਾਖਸ਼ ਬਾਰੇ ਤਾਂ ਉਹਦੇ ਜਿਹੜੀਆਂ ਉਹਦੀਆਂ ਲਾਈਨਾਂ ਨੇ ਉਹਦੀਆਂ ਲਾਈਨਾਂ ਇੰਨੀਆਂ ਸਟਰੋਂਗ ਸੀਗੀਆਂ ਜੋ ਮੈਂ ਅੱਜ ਕੱਲ ਦੇ ਬੱਚਿਆਂ ਵਿੱਚ ਜਦੋਂ ਮੈਂ ਕਦੇ ਕੰਮ ਕਰਾਉਣਾ ਜਦੋਂ ਮੈਂ ਕਿਸੇ ਬੱਚੇ ਨੂੰ ਪੜ੍ਹਾਉਣਾ ਤਾਂ ਜਦੋਂ ਮੈਂ ਇੱਕ ਲਾਈਨਾਂ ਦੇਖਦਾ ਉਹ ਲਾਈਨਾਂ ਉਹ ਜਿਹੜੀਆਂ ਆਈ ਲਾਈਨਾਂ ਨੇ ਉਹ ਬਹੁਤ ਮੇਰੀਆਂ ਲਾਈਨਾਂ ਸੀ ਬਹੁਤ ਪਾਵਰਫੁਲ ਸੀਗੀਆਂ ਗੁਰਪ੍ਰੀਤ ਤੁਹਾਡੇ ਨਾਲ ਗੱਲ ਕਰਕੇ ਬੜੇ ਸਾਰੇ ਤੁਹਾਡੇ ਕੰਮਾਂ ਦੇ ਬਾਰੇ ਤੁਹਾਡੇ ਪ੍ਰੋਸੈਸ ਦੇ ਬਾਰੇ ਸਾਨੂੰ ਪਤਾ ਲੱਗਿਆ ਤੁਹਾਡੀ ਜਰਨੀ ਸੁਣ ਕੇ ਬਹੁਤ ਇਨਸਪਾਇਰਿੰਗ ਹੈ ਕਿ ਤੁਸੀਂ ਇੱਕ ਛੋਟੇ ਜਿਹੇ ਪਿੰਡ ਚੋਂ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਅਲੱਗ-ਅਲੱਗ ਕਾਲਜੇਜ਼ ਦੇ ਵਿੱਚ ਜਾ ਕੇ ਪਹਿਲਾਂ ਤੁਸੀਂ 90 ਪੜ੍ਹਾਈ ਕੀਤੀ ਫਿਰ ਤੁਸੀਂ ਇੱਕ ਹੋਰ ਜਗ੍ਹਾ ਤੋਂ ਬੀਏ ਕੀਤੀ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਵੀ ਚੰਡੀਗੜ੍ਹ ਦੇ ਵਿੱਚ ਆਰਟ ਕਾਲਜ ਹੈ ਵੀ ਇੰਨੀ ਲੰਬੀ ਪੜ੍ਹਾਈ ਕੀਤੀ ਤੁਸੀਂ ਇਹ ਕਾਬਿਲਤਰੀਫ ਹੈ ਮੇਰੇ ਕਹਿਣ ਦਾ ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਆਪਣੇ ਪੈਸ਼ਨ ਨੂੰ ਪੂਰੇ ਆਪਣੇ ਦਿਲ ਦੇ ਨਾਲ ਜੀ ਰਹੇ ਹੋ ਤੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਡਟ ਕੇ ਲੱਗੇ ਹੋਏ ਹੋ ਉਸ ਚੀਜ਼ ਦੇ ਪਿੱਛੇ ਇਹ ਇਹ ਜਾਣ ਕੇ ਆਈ ਥਿੰਕ ਆਡੀਅנס ਨੂੰ ਵੀ ਬਹੁਤ ਅੱਛਾ ਲੱਗਿਆ ਤੇ ਗੱਲਬਾਤ ਕਰਕੇ ਤੁਹਾਡੇ ਨਾਲ ਬਹੁਤ ਹੀ ਵਧੀਆ ਲੱਗਿਆ థాంਕਿਊ ਜੀ థాంਕਿਊ so much yeah.